ਹੈਲੋ ਜੀ, ਵੈਲਕਮ, ਸਵਾਗਤ ਹੈ ਤੁਹਾਡਾ ਸਭ ਦਾ ਆਪਣੇ ਚੈਨਲ ਸਟੱਡੀ ਔਨਲਾਈਨ 'ਤੇ। ਲਾਈਵ ਕਲਾਸ ਦਾ ਸਮਾਂ ਹੋ ਚੁੱਕਾ ਜੀ, ਜਲਦੀ ਤੋਂ ਜਲਦੀ ਸਾਰੇ ਜੁਆਇਨ ਕਰਨ, ਲਿੰਕ ਨੂੰ ਕਰ ਦਿਓ ਸ਼ੇਅਰ ਤਾਂ ਕਿ ਸਾਰੇ ਜਲਦੀ ਜੁਆਇਨ ਕਰ ਸਕਣ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਦਿਨਾਂ ਤੋਂ ਕਲਾਸਾਂ ਆਪਣੀਆਂ ਲੱਗ ਨਹੀਂ ਰਹੀਆਂ ਸੀ, ਉਸਦਾ ਕਾਰਨ ਸੀ ਕਿ ਮੈਂ ਫਿਜ਼ੀਕਲੀ ਅਤੇ ਮੈਂਟਲੀ ਤੌਰ 'ਤੇ ਠੀਕ ਨਹੀਂ ਸੀ। ਸੋ ਹੁਣ ਆਪਾਂ ਦੁਬਾਰਾ ਕਲਾਸਾਂ ਸ਼ੁਰੂ ਕਰਨ ਜਾ ਰਹੇ ਹਾਂ। DTRSSB TGT ਪੰਜਾਬੀ ਦੀਆਂ ਜੋ ਵੈਕੈਂਸੀ ਆਈਆਂ ਹੋਈਆਂ ਨੇ ਉਹਨਾਂ ਦੀ ਤਿਆਰੀ ਦੇ ਲਈ ਇਹ ਕਲਾਸਾਂ ਹੋਣਗੀਆਂ। ਕਲਾਸ ਰੋਜ਼ਾਨਾ 8:30 ਹੋਇਆ ਕਰੇਗੀ। ਇੱਕ ਕਲਾਸ ਦੇ ਵਿੱਚ ਆਪਾਂ ਇੱਕ ਤੋਂ ਵੱਧ ਟੋਪਿਕ ਨੂੰ ਕਵਰ ਕਰਾਂਗੇ, ਕਿਉਂਕਿ ਸਮਾਂ ਘੱਟ ਏ, ਹੋ ਸਕਦਾ 1.5 ਮਹੀਨੇ ਜਾਂ 2 ਮਹੀਨੇ ਦੇ ਵਿੱਚ ਵਿੱਚ ਪੇਪਰ ਹੋ ਜਾਵੇ। ਸੋ 1.5-2 ਮਹੀਨੇ ਦੇ ਵਿੱਚ ਆਪਾਂ ਸਾਰੇ ਟੋਪਿਕ ਕਵਰ ਕਰਨੇ ਆ, ਇਸ ਕਰਕੇ ਇਹ ਇੱਕ ਕਲਾਸ ਦੇ ਵਿੱਚ 2 ਜਾਂ ਹੱਦ ਤੋਂ ਵੱਧ 3 ਟੋਪਿਕ ਹੋਣਗੇ ਜੀ। ਸੋ ਅੱਜ ਦੀ ਕਲਾਸ ਦੇ ਵਿੱਚ ਜੋ ਆਪਣਾ ਟੋਪਿਕ ਹੈ ਉਹ ਹੈ ਨਾਥ ਜੋਗੀ ਸਾਹਿਤ। ਸੋ ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ, ਅਤੇ ਵੱਧਦੇ ਹਾਂ ਜੀ ਕੁਐਸਚਨ ਨੰਬਰ 1 ਦੇ ਵੱਲ। ਅੱਜ ਦਾ ਪਹਿਲਾ ਕੁਐਸਚਨ ਹੈ ਜੀ, ਪੰਜਾਬੀ ਸਾਹਿਤ ਦਾ ਮੁੱਢ ਕਦੋਂ ਵੱਜਾ? ਆਪਸ਼ਨ ਏ 7ਵੀਂ 8ਵੀਂ ਸਦੀ, B 8ਵੀਂ 9ਵੀਂ ਸਦੀ, C 9ਵੀਂ 10ਵੀਂ ਸਦੀ ਅਤੇ D 10ਵੀਂ 11ਵੀਂ ਸਦੀ। ਪ੍ਰਸ਼ਨ ਨੰਬਰ 1 ਦੇ ਲਈ ਸਹੀ ਉੱਤਰ ਚੁਣਿਆ ਜਾਵੇ, ਪੰਜਾਬੀ ਸਾਹਿਤ ਦਾ ਜਿਹੜਾ ਮੁੱਢ ਹੈ ਉਹ ਕਦੋਂ ਵੱਜਾ? ਸੋ ਪੰਜਾਬੀ ਸਾਹਿਤ ਦੀ ਸ਼ੁਰੂਆਤ ਜਿਹੜੀ ਮੰਨੀ ਜਾਂਦੀ ਹੈ ਜੀ ਉਹ 8ਵੀਂ 9ਵੀਂ ਸਦੀ ਤੋਂ ਮੰਨੀ ਜਾਂਦੀ ਹੈ। ਅੱਡ ਅੱਡ ਕਿਤਾਬਾਂ ਦੇ ਵਿੱਚ ਤੁਹਾਨੂੰ ਹੋ ਸਕਦਾ ਅੱਡ ਅੱਡ ਆਂਸਰ ਮਿਲੇ, ਕਿਤੇ 9ਵੀਂ 10ਵੀਂ ਵੀ ਮਿਲੇ, ਠੀਕ ਹੈ, ਜਾਂ ਫਿਰ 11ਵੀਂ 12ਵੀਂ ਵੀ ਮਿਲੇ, ਪਰ ਪੰਜਾਬੀ ਸਾਹਿਤ ਦੀ ਜਿਹੜੀ ਸ਼ੁਰੂਆਤ ਆ ਉਹ ਨਾਥ ਜੋਗੀ ਸਾਹਿਤ ਤੋਂ ਮੰਨੀ ਜਾਂਦੀ ਹੈ, ਜੋ ਕਿ 8ਵੀਂ 9ਵੀਂ ਸਦੀ ਦੇ ਵਿੱਚ ਸ਼ੁਰੂ ਹੋਇਆ ਮੰਨਿਆ ਜਾਂਦਾ, ਠੀਕ ਹੈ। ਦੂਜਾ ਜੋ ਕੁਐਸਚਨ ਹੈ ਜੀ ਆਪਣਾ, ਨਾਥ ਨੂੰ ਸਭ ਤੋਂ ਪਹਿਲਾਂ ਕਿਸਨੇ ਪੰਜਾਬੀ ਸਾਹਿਤ ਦੇ ਵਿੱਚ ਸ਼ਾਮਿਲ ਕੀਤਾ? ਆਪਸ਼ਨ ਏ ਡਾਕਟਰ ਮੋਹਨ ਸਿੰਘ, ਬੀ ਪ੍ਰੋਫੈਸਰ ਮੋਹਨ ਸਿੰਘ, ਸੀ ਮੌਲਾ ਬਖਸ਼ ਕੁਸ਼ਤਾ ਅਤੇ ਡੀ ਬਾਬਾ ਬੁੱਧ ਸਿੰਘ। ਕੁਐਸਚਨ ਨੰਬਰ 2 ਦੇ ਲਈ ਸਹੀ ਉੱਤਰ ਚੁਣਿਆ ਜਾਵੇ, ਨਾਥ ਜੋਗੀਆਂ ਦਾ ਜੋ ਸਾਹਿਤ ਹੈ ਉਸਨੂੰ ਸਭ ਤੋਂ ਪਹਿਲਾਂ ਕਿਸਨੇ ਪੰਜਾਬੀ ਸਾਹਿਤ ਦੇ ਵਿੱਚ ਸ਼ਾਮਿਲ ਕੀਤਾ? ਇਹ ਸਹੀ ਉੱਤਰ ਜਿਹੜਾ ਬਣਦਾ ਹੈ ਜੀ ਡਾਕਟਰ ਮੋਹਨ ਸਿੰਘ ਦੀਵਾਨਾ ਬਣਦਾ ਹੈ। ਸੋ ਆਪਸ਼ਨ ਏ ਆਂਸਰ ਕਰਨ ਵਾਲੇ ਠੀਕ ਨੇ। ਸੋ ਕੁਐਸਚਨ ਨੂੰ ਘੁਮਾ ਫਿਰਾ ਕੇ ਹੋਰ ਤਰੀਕੇ ਨਾਲ ਵੀ ਪੁੱਛਿਆ ਜਾ ਸਕਦਾ ਹੈ, ਠੀਕ ਹੈ ਜੀ, ਕਿ ਪੰਜਾਬੀ ਸਾਹਿਤ ਨੂੰ ਨਾਥ ਜੋਗੀ ਸਾਹਿਤ ਦੇ ਨਾਲ ਕਿਸ ਨੇ ਜੋੜਿਆ, ਇੱਦਾਂ ਵੀ ਪੁੱਛਿਆ ਜਾ ਸਕਦਾ ਹੈ। ਸੋ ਧਿਆਨਪੂਰਵਕ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ। ਕੁਐਸਚਨ ਨੰਬਰ 3 ਦੇ ਵੱਲ ਵੱਧਦੇ ਹਾਂ ਜੀ, ਨਾਥ ਸੰਪਰਦਾ ਦਾ ਹੋਰ ਨਾਂ ਕੀ ਸੀ? ਆਪਸ਼ਨ ਏ ਸਿੱਧ ਮਤ, ਬੀ ਸਿੱਧ ਮਾਰਗ, ਸੀ ਯੋਗ ਮਾਰਗ ਅਤੇ ਡੀ ਉਪਰੋਕਤ ਸਾਰੇ। ਪ੍ਰਸ਼ਨ ਨੰਬਰ 3 ਦੇ ਲਈ ਸਹੀ ਉੱਤਰ ਕਰੋ ਜੀ। ਹਾਂਜੀ, ਹੋਰ ਨਾਂ ਪੁੱਛਿਆ ਗਿਆ ਨਾਥ ਜੋਗੀ ਸਾਹਿਤ ਦਾ, ਸੋ ਕਰੋ ਜੀ ਆਂਸਰ ਕੁਐਸਚਨ ਨੰਬਰ 3 ਦੇ ਲਈ। ਹਾਂਜੀ, 3 ਨੰਬਰ ਦੇ ਲਈ ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਜੀ ਆਪਸ਼ਨ ਡੀ ਉਪਰੋਕਤ ਸਾਰੇ, ਬਿਲਕੁਲ ਠੀਕ ਆਂਸਰ ਹੋਵੇਗਾ ਜੀ। ਨਾਥ ਸੰਪਰਦਾ ਦਾ ਹੋਰ ਨਾਂ ਸੀ ਜਿਹੜਾ ਉਹ ਸਿੱਧ ਮਤ, ਸਿੱਧ ਮਾਰਗ, ਯੋਗ ਮਾਰਗ, ਇਸ ਤੋਂ ਇਲਾਵਾ ਹੋਰ ਵੀ ਸੀ ਅਵਧੂਤ ਮਤ ਅਤੇ ਯੋਗ ਸੰਪਰਦਾ, ਠੀਕ ਹੈ ਜੀ। ਪ੍ਰਸ਼ਨ ਦੇ ਵਿੱਚ ਤੁਹਾਨੂੰ ਜ਼ਿਆਦਾਤਰ ਪੁੱਛਿਆ ਜਾ ਸਕਦਾ ਅਵਧੂਤ ਮਤ, ਇਸ ਨੂੰ ਜ਼ਰੂਰ ਯਾਦ ਰੱਖਿਓ ਜੀ, ਠੀਕ ਹੈ ਜੀ। ਆਈ ਥਿੰਕ ਹਿੰਦੀ ਜਿਹੜਾ ਮਾਸਟਰ ਗਾਈਡਰ ਹੋਇਆ ਉਹਦੇ 'ਚ ਪਿਛਲੀ ਵਾਰ ਪੁੱਛਿਆ ਵੀ ਗਿਆ, ਠੀਕ ਹੈ। ਯੋਗ ਸੰਪਰਦਾ, ਅਵਧੂਤ ਮਤ, ਇਹਨਾਂ ਨੂੰ ਜ਼ਰੂਰ ਯਾਦ ਰੱਖਣਾ ਜੀ ਕਿ ਇਹਨਾਂ ਦਾ ਸੰਬੰਧ ਕਿਸ ਦੇ ਨਾਲ ਹੈ, ਇੱਦਾਂ ਪੁੱਛਿਆ ਜਾ ਸਕਦਾ। ਕੁਐਸਚਨ ਨੰਬਰ 4, ਸੰਸਾਰ ਨੂੰ ਕੰਡਿਆਂ ਦੀ ਬਾੜੀ ਕਿਸ ਨੇ ਕਿਹਾ ਹੈ? ਆਪਸ਼ਨ ਏ ਗੋਰਖਨਾਥ, ਬੀ ਚਰਪਟਨਾਥ, ਸੀ ਚਰੰਗੀਨਾਥ ਅਤੇ ਡੀ ਰਤਨਨਾਥ। ਪ੍ਰਸ਼ਨ ਨੰਬਰ 4 ਲਈ ਸਹੀ ਉੱਤਰ ਚੁਣਿਆ ਜਾਵੇ, ਸੰਸਾਰ ਨੂੰ ਕੰਡਿਆਂ ਦੀ ਬਾੜੀ ਚਰਪਟਨਾਥ ਨੇ ਕਿਹਾ। ਸੋ ਆਪਸ਼ਨ ਬੀ ਆਂਸਰ ਵਾਲੇ ਸਾਰੇ ਠੀਕ ਨੇ, ਬਾਕੀ ਨੋਟ ਕਰਨ। ਕੁਐਸਚਨ ਨੰਬਰ 5, ਨਾਥ ਜੋਗੀਆਂ ਦੇ ਕਿੰਨੇ ਫਿਰਕੇ ਮੰਨੇ ਜਾਂਦੇ ਹਨ? ਆਪਸ਼ਨ ਏ 1, B 2,
ਸੀ 3 ਤੇ ਡੀ 4। ਸੋ ਨਾਥ ਜੋਗੀਆਂ ਦੇ ਫਿਰਕੇ ਪੁੱਛੇ ਗਏ ਆ, ਠੀਕ ਹੈ, ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ। ਸੋ ਜਿਹੜੇ ਵੀ ਆਨਸਰ ਕਰ ਰਹੇ ਨੇ ਕੁਐਸਚਨ ਨੰਬਰ 5 ਦੇ ਲਈ, 3 ਬਿਲਕੁਲ ਠੀਕ ਆਨਸਰ ਹੋਵੇਗਾ, ਬਾਕੀ ਨੋਟ ਕਰਨ ਜੀ। ਇਹ 3 ਫਿਰਕੇ ਕਿਹੜੇ ਕਿਹੜੇ ਨੇ? ਇੱਕ ਹੈ ਜੀ ਸਹਿਜ ਸਿੱਧ ਧਾਰਾ, ਠੀਕ ਹੈ ਜੀ, ਇੱਕੋ ਹੀ ਹੈ। ਦੂਜਾ ਹੈ ਹੱਠ ਯੋਗੀ ਧਾਰਾ ਜਾਂ ਨਾਥ ਸੰਪਰਦਾਇ, ਠੀਕ ਹੈ ਜੀ, ਇਹ ਵੀ ਇੱਕ ਹੈ। ਅਤੇ ਵੈਸ਼ਨਵ ਧਾਰਾ, ਇਹ 3 ਜਿਹੜੇ ਆ ਇਹਨਾਂ ਦੇ ਫਿਰਕੇ ਮੰਨੇ ਜਾਂਦੇ ਆ ਨਾਥ ਯੋਗੀਆਂ ਦੇ। ਕੁਐਸਚਨ ਨੰਬਰ 6 ਨੰਬਰ, ਕੁਝ 17 ਦਿੱਤੀਆਂ ਨੇ। ਇੱਕ ਲਾਲ ਪਟਾ, ਇੱਕ ਸੇਤ ਪਟਾ, ਇੱਕ ਤਿਲਕ ਜਨੇਊ ਲਮਕ ਜਟਾ, ਇਹ ਜਿਹੜੀਆਂ 17 ਨੇ ਇਹ ਕਿਸ ਦੀਆਂ ਨੇ? ਆਪਸ਼ਨ ਏ ਗੋਰਖਨਾਥ, ਬੀ ਚਰਪਟਨਾਥ, ਸੀ ਚਰੰਗੀਨਾਥ ਅਤੇ ਡੀ ਰਤਨਨਾਥ। ਪ੍ਰਸ਼ਨ ਨੰਬਰ 6 ਦੇ ਲਈ ਆਨਸਰ ਕਰੋ ਜੀ। ਦਿੱਤੀਆਂ ਗਈਆਂ 17 ਕਿਸ ਨਾਥ ਦੀਆਂ ਨੇ? ਸੋ ਜਿਹੜੇ ਜਾ ਰਹੇ ਨੇ ਆਪਸ਼ਨ ਬੀ ਦੇ ਨਾਲ, ਸਭ ਦਾ ਠੀਕ ਹੈ ਜੀ, ਚਰਪਟਨਾਥ ਦੀਆਂ ਇਹ 17 ਨੇ। ਕੁਐਸਚਨ ਨੰਬਰ 7, ਡਾਕਟਰ ਮੋਹਨ ਸਿੰਘ ਨੇ ਕਿੰਨੇ ਨਾਥਾਂ ਦੀ ਸੂਚੀ ਪੇਸ਼ ਕੀਤੀ ਹੈ? ਆਪਸ਼ਨ ਏ 10, ਡੀ 12, ਸੀ 16 ਅਤੇ ਡੀ 18। ਕੁਐਸਚਨ ਨੰਬਰ 7 ਲਈ ਆਨਸਰ ਕਰਿਆ ਜਾਵੇ। ਹਾਂਜੀ, ਡਾਕਟਰ ਮੋਹਨ ਸਿੰਘ ਦੀਵਾਨਾ ਨੇ ਕਿੰਨੇ ਨਾਥਾਂ ਦੀ ਸੂਚੀ ਪੇਸ਼ ਕੀਤੀ ਹੈ? ਸੋ ਜਿਹੜੇ ਵੀ ਆਪਸ਼ਨ ਸੀ ਦੇ ਨਾਲ ਜਾ ਰਹੇ ਨੇ 16 ਨਾਥਾਂ ਦੀ, ਬਿਲਕੁਲ ਠੀਕ ਹੈ, ਬਾਕੀ ਨੋਟ ਡਾਊਨ ਕਰਨ। ਕੁਐਸਚਨ ਨੰਬਰ 8, ਪਹਿਲਾ ਨਾਥ ਕਿਸ ਨੂੰ ਮੰਨਿਆ ਜਾਂਦਾ ਹੈ? ਆਪਸ਼ਨ ਏ ਆਦਿਨਾਥ, ਬੀ ਮਛਿੰਦਰਨਾਥ, ਸੀ ਗੋਰਖਨਾਥ ਅਤੇ ਡੀ ਚਰਪਟਨਾਥ। ਪ੍ਰਸ਼ਨ ਆ ਜਿਹੜਾ ਬਹੁਤ ਜ਼ਿਆਦਾ ਕੰਪਲੀਕੇਟਡ ਹੈ, ਅੱਡ ਅੱਡ ਕਿਤਾਬਾਂ ਦੇ ਵਿੱਚ ਤੁਹਾਨੂੰ ਅੱਡ ਅੱਡ ਆਂਸਰ ਮਿਲੇਗਾ, ਇਸ ਤੋਂ ਇਲਾਵਾ ਇੱਕੋ ਕਿਤਾਬ ਦੇ ਵਿੱਚ ਤੁਹਾਨੂੰ ਅੱਡ ਅੱਡ ਆਂਸਰ ਮਿਲ ਸਕਦਾ ਜੀ। ਹਾਂਜੀ, ਉਹਦਾ ਕਾਰਨ ਹੈ ਜੀ ਕਿ ਜਿਹੜੀ ਪਹਿਲਾ ਨਾਥ ਆ ਉਹਦੀ ਮਤਲਬ ਉਸੇ ਵਿੱਚ ਹੀ ਕਨਫਿਊਜ਼ਨ ਹੈ, ਉਹਦੇ ਕਈ ਕਾਰਨ ਨੇ, ਠੀਕ ਹੈ। ਸੋ ਚਲੋ ਪਹਿਲਾਂ ਤਾਂ ਤੁਸੀਂ ਆਨਸਰ ਕਰੋ ਪਹਿਲਾ ਨਾਥ, ਅਤੇ ਕਨਫਿਊਜ਼ਨ ਪੈਦਾ ਹੋਰ ਹੁੰਦੀ ਆ ਉੱਥੇ ਜਿੱਥੇ ਪੁੱਛਿਆ ਜਾਂਦਾ ਕਿ ਪਹਿਲਾ ਨਾਥ ਸੰਪਰਦਾਇ ਦਾ ਸਥਾਪਨਾ ਕਰਨ ਵਾਲਾ ਕੌਣ ਹੈ, ਠੀਕ ਹੈ। ਪਰ ਹੁਣ ਪ੍ਰਸ਼ਨ ਜਿਹੜਾ ਹੈ ਉਹਦੇ ਅਕੋਰਡਿੰਗ ਆਪਾਂ ਚੱਲਦੇ ਹਾਂ, ਪਹਿਲਾ ਨਾਥ ਕਿਸ ਨੂੰ ਮੰਨਿਆ ਜਾਂਦਾ ਹੈ? ਆਰਨਾਥ, ਮਛਿੰਦਰਨਾਥ, ਗੋਰਖਨਾਥ, ਚਰਪਟਨਾਥ। ਸੋ ਕੁੱਲ ਮਿਲਾ ਕੇ ਤੁਹਾਨੂੰ ਇੰਨਾ ਤਾਂ ਪਤਾ ਹੀ ਹੈ ਕਿ ਗੋਰਖਨਾਥ ਅਤੇ ਚਰਪਟਨਾਥ ਇਹ ਮਛਿੰਦਰਨਾਥ ਤੋਂ ਬਾਅਦ ਹੋਏ ਨੇ, ਠੀਕ ਹੈ। ਸੋ ਇਹ ਦੋ ਤਾਂ ਹੈ ਨਹੀਂ। ਹੁਣ ਗੱਲ ਰਹੀ ਜੀ ਆਦਿਨਾਥ ਅਤੇ ਮਛਿੰਦਰਨਾਥ, ਜਿਨ੍ਹਾਂ ਦੇ ਵਿੱਚ ਆਦਿਨਾਥ ਨੂੰ ਪਹਿਲਾ ਨਾਥ ਮੰਨਿਆ ਜਾਂਦਾ ਹੈ, ਕਿਉਂਕਿ ਆਦਿਨਾਥ ਜਿਹੜੇ ਆ ਇਹਨਾਂ ਨੂੰ ਸ਼ਿਵਜੀ ਦਾ ਅਵਤਾਰ ਵੀ ਮੰਨਿਆ ਜਾਂਦਾ ਹੈ, ਠੀਕ ਹੈ। ਇਸ ਤੋਂ ਇਲਾਵਾ ਤੁਸੀਂ ਸੁਣਿਆ ਹੋਊਗਾ ਜਲੰਧਰ ਨਾਥ ਦੇ ਨਾਂ ਨਾਲ ਵੀ ਮਤਲਬ ਕਿ ਇਹਨਾਂ ਨੂੰ ਜਾਣਿਆ ਜਾਂਦਾ ਹੈ, ਠੀਕ ਹੈ। ਸੋ ਜਲੰਧਰ ਨਾਥ ਅਤੇ ਆਦਿਨਾਥ ਇੱਕ ਹੀ ਨਾਥ ਨੂੰ ਮੰਨਿਆ ਜਾਂਦਾ ਹੈ, ਜਿਸ ਨੂੰ ਕਿ ਸ਼ਿਵਜੀ ਦਾ ਰੂਪ ਮੰਨਿਆ ਜਾਂਦਾ ਹੈ, ਠੀਕ ਹੈ। ਸੋ ਦਿੱਤੇ ਗਏ ਆਪਸ਼ਨ ਦੇ ਅਨੁਸਾਰ ਆਪਸ਼ਨ ਏ ਕਰੈਕਟ ਆਨਸਰ ਬਣੇਗਾ। ਕੁਐਸਚਨ ਨੰਬਰ 9 ਆ ਜੀ, ਤਟ ਤੀਰਟ ਬ੍ਰਾਹਮਣ ਕੇ ਕਰਮਾ, ਪੁੰਨ ਦਾਨ ਖੜੀਕੇ ਧਰਮਾਸ, ਬਣ ਬਿਉਸਾਰ ਵੈਸਨੋ ਕੇ ਕਰਮਾ। ਇਹ ਜਿਹੜੀਆਂ 17 ਨੇ, ਠੀਕ ਹੈ ਜੀ, ਇਹ ਕਿਸ ਦੀਆਂ ਨੇ? ਆਪਸ਼ਨ ਏ ਗੋਰਖਨਾਥ, ਬੀ ਚਰਪਟਨਾਥ, ਸੀ ਚਰੰਗੀਨਾਥ ਅਤੇ ਡੀ ਰਤਨਨਾਥ। ਕੁਰੈਕਟ ਆਨਸਰ ਕੁਐਸਚਨ ਨੰਬਰ 9 ਦੇ ਲਈ ਕਰੋ ਜੀ। ਦਿੱਤੀਆਂ ਗਈਆਂ 17 ਕਿਸ ਨਾਥ ਦੀਆਂ ਨੇ? ਜਿਹੜੇ ਆਨਸਰ ਕਰ ਰਹੇ ਨੇ ਜੀ ਚਰਪਟਨਾਥ ਦੀਆਂ, ਠੀਕ ਆ ਜੀ ਬਿਲਕੁਲ, ਇਹ 17 ਚਰਪਟਨਾਥ ਦੀਆਂ ਨੇ। ਕੁਐਸਚਨ ਨੰਬਰ 10 ਦੇ ਵੱਲ ਵੱਧਦੇ ਹਾਂ। 10 ਨੰਬਰ ਹੈ ਜੀ, ਆਦਿਨਾਥ ਨੂੰ ਕਿਸ ਦਾ ਅਵਤਾਰ ਮੰਨਿਆ ਜਾਂਦਾ ਹੈ? ਆਪਸ਼ਨ ਏ ਬ੍ਰਹਮਾ, ਬੀ ਵਿਸ਼ਨੂੰ, ਸੀ ਮਹੇਸ਼ ਅਤੇ ਡੀ ਪਰਸ਼ੁਰਾਮ। ਕੁਐਸਚਨ ਨੰਬਰ 10 ਲਈ ਆਨਸਰ ਕਰੋ। ਬਿਲਕੁਲ ਈਜ਼ੀ ਕੁਐਸਚਨ ਹੈ, ਕਿਉਂਕਿ ਹੁਣੇ ਮੈਂ ਤੁਹਾਨੂੰ
ਦੱਸਿਆ ਵੀ ਹੈ, ਇਹਦਾ ਆਨਸਰ ਡਿਸਕਸ ਕਰਿਆ ਜਦੋਂ ਪਿਛਲਾ ਕੁਐਸਚਨ, ਪਿਛਲੇ ਤੋਂ ਪਿਛਲਾ, ਠੀਕ ਹੈ। ਸੋ ਸ਼ਿਵਜੀ ਦਾ ਅਵਤਾਰ ਮੰਨਿਆ ਜਾਂਦਾ ਜੀ ਆਦਿਨਾਥ ਨੂੰ। ਦਿੱਤੇ ਗਏ ਆਪਸ਼ਨ ਦੇ ਵਿੱਚ ਆਪਸ਼ਨ ਸੀ ਜਿਹੜਾ ਮਹੇਸ਼, ਮਹੇਸ਼ ਜਿਹੜਾ ਨਾਮ ਹੈ ਉਹ ਸ਼ਿਵਜੀ ਦਾ ਹੀ ਹੈ। ਬ੍ਰਹਮਾ ਵਿਸ਼ਨੂੰ ਮਹੇਸ਼ ਤੁਸੀਂ ਲਿਖਿਆ ਦੇਖਿਆ ਹੋਣਾ, ਠੀਕ ਹੈ। ਸੋ ਇੱਦਾਂ ਅਤੇ ਜੇ ਆਪਸ਼ਨ ਆ ਜਾਂਦੇ ਤਾਂ ਬਹੁਤਾ ਕਨਫਿਊਜ਼ ਹੋਣ ਵਾਲੀ ਲੋੜ ਨਹੀਂ ਹੈ, ਠੀਕ ਹੈ ਜੀ। ਕੁਐਸਚਨ ਨੰਬਰ 11 ਵੱਲ ਵੱਧਦੇ ਹਾਂ। 11 ਨੰਬਰ ਹੈ ਜੀ, ਦਿਆ ਭਿੱਖਿਆ ਰਾਤੀ ਰਸ ਭੋਗ, ਡੈਸ਼ ਕਹੇ ਗਵਾਇਆ ਜੋਗ। ਇਹ 17 ਕਿਸ ਦੀਆਂ ਨੇ? ਆਪਸ਼ਨ ਏ ਗੋਰਖਨਾਥ, ਬੀ ਚਰਪਟ ਨਾਥ, ਸੀ ਚਰੰਗੀ ਨਾਥ ਅਤੇ ਡੀ ਰਤਨ ਨਾਥ। ਕਰੋ ਜੀ ਆਨਸਰ 11 ਨੰਬਰ ਦੇ ਲਈ। ਦਿੱਤੀਆਂ ਗਈਆਂ 17 ਦੇ ਵਿੱਚ ਖਾਲੀ ਥਾਂ ਦਿੱਤੀ ਗਈ ਹੈ, ਉਹਦੇ ਵਿੱਚ ਤੁਸੀਂ ਇੱਕ ਨਾਥ ਦਾ ਨਾਂ ਭਰਨਾ ਹੈ, ਠੀਕ ਹੈ। ਉਹ ਨਾਂ ਭਰਨ ਦੇ ਨਾਲ 17 ਪੂਰੀਆਂ ਹੋ ਜਾਣਗੀਆਂ ਅਤੇ ਇਹ ਵੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ 17 ਕਿਸ ਦੀਆਂ ਨੇ। ਹਾਂਜੀ, ਜਿਨ੍ਹਾਂ ਨੇ ਵੀ 11 ਨੰਬਰ ਦੇ ਲਈ ਫਿਲ ਕੀਤਾ ਹੈ, ਦੇਹ ਭਿੱਖਿਆ ਰਾਤੀ ਰਸ ਭੋਗ, ਚਰਪਟ ਕਹੇ ਗਵਾਇਆ ਜੋਗ। ਸੋ ਚਰਪਟ ਨਾਥ ਜਿਹੜੇ ਨੇ, ਕੁਰੈਕਟ ਆਨਸਰ ਇੱਥੇ ਆਵੇਗਾ ਬੀ ਆਪਸ਼ਨ। ਚਰਪਟ ਨਾਥ ਜਿਹੜੇ ਆ ਉਹਨਾਂ ਨੇ ਜਿਹੜਾ ਨਾਥ ਜੋਗੀ ਮਤ ਸੀ ਉਹਦੇ ਵਿੱਚ ਕੁਰੀਤੀਆਂ ਸੀ, ਠੀਕ ਹੈ। ਉਹਨਾਂ 'ਤੇ ਵਿਅੰਗ ਕੱਸਿਆ, ਉਹਨਾਂ 'ਤੇ ਮਤਲਬ ਕਿ ਇਹਨਾਂ ਨੇ ਇਹ 17 ਉਹਨਾਂ ਦੇ ਲਈ ਕਹੀਆਂ ਨੇ। ਕੁਐਸਚਨ ਨੰਬਰ 12, 12 ਨੰਬਰ ਹੈ ਜੀ, ਗੋਰਖਨਾਥ ਨੂੰ ਕਿਸ ਦਾ ਅਵਤਾਰ ਮੰਨਿਆ ਜਾਂਦਾ? ਆਪਸ਼ਨ ਏ ਬ੍ਰਹਮਾ, ਬੀ ਵਿਸ਼ਨੂੰ, ਸੀ ਮਹੇਸ਼ ਅਤੇ ਡੀ ਪਰਸ਼ੂਰਾਮ। ਪਿੱਛੇ ਆਪਾਂ ਪੜ੍ਹ ਕੇ ਆਏ ਹਾਂ ਕਿ ਆਦਿਨਾਥ ਸੀ, ਠੀਕ ਹੈ, ਉਹਨਾਂ ਨੂੰ ਸ਼ਿਵਜੀ ਦਾ ਅਵਤਾਰ ਮੰਨਿਆ ਜਾਂਦਾ ਹੈ। ਇੱਥੇ ਗੋਰਖਨਾਥ ਨੂੰ ਪੁੱਛਿਆ ਗਿਆ ਕਿਸ ਦਾ ਅਵਤਾਰ ਮੰਨੇ ਜਾਂਦੇ ਨੇ ਗੋਰਖਨਾਥ। ਸੋ ਜਿਹੜੇ ਆਨਸਰ ਕਰ ਰਹੇ ਨੇ ਇਸ ਵਾਰ ਵੀ ਸ਼ਿਵਜੀ, ਯਾਨੀ ਕਿ ਆਪਸ਼ਨ ਸੀ ਮਹੇਸ਼, ਠੀਕ ਆਨਸਰ ਹੋਵੇਗਾ, ਕਿਉਂਕਿ ਗੋਰਖਨਾਥ ਨੂੰ ਵੀ ਮੰਨਿਆ ਜਾਂਦਾ ਹੈ ਸ਼ਿਵਜੀ ਦਾ ਅਵਤਾਰ, ਠੀਕ ਹੈ ਜੀ। ਸੋ ਆਪਸ਼ਨ ਸੀ ਵਾਲੇ ਸਾਰੇ ਠੀਕ ਨੇ। ਕੁਐਸਚਨ ਨੰਬਰ 13, 13 ਨੰਬਰ ਹੈ ਜੀ, ਗੋਰਖ ਹਟੜੀ ਕਿੱਥੇ ਹੈ? ਆਪਸ਼ਨ ਏ ਸਿਆਲਕੋਟ, ਬੀ ਪੇਸ਼ਾਵਰ, ਸੀ ਜੇਹਲਮ ਅਤੇ ਡੀ ਅਬੋਹਰ। ਕੁਐਸਚਨ ਨੰਬਰ 13 ਲਈ ਆਨਸਰ ਕਰੋ ਜੀ। ਹਾਂਜੀ, ਕਾਫੀ ਪਿੱਛੇ ਜਾਣ ਦੇ ਚਾਂਸਿਸ ਨੇ ਇਸ ਪ੍ਰਸ਼ਨ ਦੇ, ਅਤੇ ਕਾਫੀ ਪਿੱਛਾ ਵੀ ਜਾਂਦਾ ਹੈ, ਪਿਛਲੇ ਪੇਪਰਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ। ਜਿਨ੍ਹਾਂ ਨੇ ਆਨਸਰ ਕਰਿਆ ਜੀ 13 ਨੰਬਰ ਦੇ ਲਈ, ਆਪਸ਼ਨ ਬੀ ਪਿਸ਼ਾਵਰ ਬਿਲਕੁਲ ਠੀਕ ਆਨਸਰ ਹੋਵੇਗਾ, ਗੋਰਖਹਟੜੀ ਪਿਸ਼ਾਵਰ ਦੇ ਵਿੱਚ ਹੈ। ਕੁਐਸਚਨ ਨੰਬਰ 14, ਨਾਥ ਸੰਪਰਦਾਇ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ? ਆਪਸ਼ਨ ਏ ਮਛਿੰਦਰ ਨਾਥ, ਬੀ ਗੋਰਖਨਾਥ, ਸੀ ਚਰਪਟ ਨਾਥ ਅਤੇ ਡੀ ਚਰੰਗੀ ਨਾਥ। ਕਰੋ ਜੀ ਆਨਸਰ ਕੁਐਸਚਨ ਨੰਬਰ 14 ਦੇ ਲਈ। ਈਜ਼ੀ ਹੈ ਬਿਲਕੁਲ, ਕਿਉਂਕਿ ਦਿੱਤੇ ਗਏ ਆਪਸ਼ਨ ਦੇ ਅਨੁਸਾਰ ਤੁਸੀਂ ਬੜੀ ਆਸਾਨੀ ਨਾਲ ਗੈਸ ਕਰ ਲਓਗੇ ਨਾਥ ਸੰਪਰਦਾਇ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ। ਸੋ ਜਿਹੜੇ ਆਪਸ਼ਨ ਕਰ ਰਹੇ ਨੇ ਆਪਸ਼ਨ ਏ ਆਨਸਰ ਬਿਲਕੁਲ ਠੀਕ ਨੇ, ਮਛਿੰਦਰ ਨਾਥ ਨੂੰ, ਕਿਉਂਕਿ ਗੋਰਖਨਾਥ ਸੀ ਉਹ ਮਛਿੰਦਰ ਨਾਥ ਦੇ ਚੇਲੇ ਸਨ, ਠੀਕ ਹੈ। ਇਸ ਕਰਕੇ ਆਪਸ਼ਨ ਏ ਦਿੱਤੇ ਗਏ ਆਪਸ਼ਨ ਦੇ ਵਿੱਚੋਂ ਬਿਲਕੁਲ ਕਰੈਕਟ ਹੋਵੇਗਾ। ਪਰ ਇਸ ਤੋਂ ਇਲਾਵਾ ਹੋਰ ਵੀ ਆਨਸਰ ਮਿਲਦੇ ਨੇ ਜਿਨ੍ਹਾਂ ਦੇ ਵਿੱਚ ਆਦਿਨਾਥ ਨੂੰ ਵੀ ਮੰਨਿਆ ਜਾਂਦਾ ਹੈ ਨਾਥ ਸੰਪਰਦਾਇ ਦਾ ਮੋਢੀ। ਉਹ ਨਾਥ ਜਿਹੜੇ ਮਤ, ਨਾਥ ਮਤ ਦੇ ਜੋ ਗ੍ਰੰਥ ਨੇ ਉਹਦੇ ਵਿੱਚ ਆਦਿਨਾਥ ਨੂੰ ਸ਼ਿਵਜੀ ਦਾ ਅਵਤਾਰ ਮੰਨਿਆ, ਠੀਕ ਹੈ। ਅਤੇ ਕੁਛ ਕੁ ਜਿਹੜੇ ਵਿਦਵਾਨ ਨੇ ਉਹ ਆਦਿਨਾਥ ਨੂੰ ਵੀ ਮੰਨਦੇ ਨੇ ਨਾਥ ਸੰਪਰਦਾਇ ਦਾ ਮੋਢੀ, ਪਰ ਸਭ ਤੋਂ ਕੁਰੈਕਟ ਆਨਸਰ ਜਿਹੜਾ ਹੈ ਉਹ ਮਛਿੰਦਰ ਨਾਥ ਆਨਸਰ ਕਰਨਾ ਕੁਰੈਕਟ ਹੋਵੇਗਾ। ਬਾਕੀ ਡਿਪੈਂਡ ਬਹੁਤ ਕੁਝ ਆਪਸ਼ਨ 'ਤੇ ਵੀ ਕਰੇਗਾ। ਕੁਐਸਚਨ ਨੰਬਰ 15 ਜੀ, ਗੋਰਖਨਾਥ ਦੇ ਵਧੇਰੇ ਗ੍ਰੰਥ ਕਿਸ ਭਾਸ਼ਾ ਵਿੱਚ ਮਿਲਦੇ ਹਨ? ਆਪਸ਼ਨ ਏ ਸੰਸਕ੍ਰਿਤ, ਬੀ
ਹਿੰਦੀ, ਸੀ ਉਰਦੂ ਅਤੇ ਡੀ ਪਾਲੀ ਭਾਸ਼ਾ। ਨੰਬਰ 15 ਲਈ ਸਹੀ ਉੱਤਰ ਚੁਣੋ ਜੀ। ਗੋਰਖਨਾਥ ਦੇ ਵਧੇਰੇ ਗ੍ਰੰਥ ਜਿਹੜੇ ਆ ਕਿਹੜੀ ਭਾਸ਼ਾ ਦੇ ਵਿੱਚ ਮਿਲਦੇ ਨੇ? ਹਾਂਜੀ, ਆਪਾਂ ਨਵੇਂ ਕੁਐਸਚਨ ਅਤੇ ਕੁਐਸਚਨ ਨੂੰ ਮੋਡ ਕਰਕੇ ਵੀ ਕਲਾਸਾਂ ਦੇ ਵਿੱਚ ਐਡ ਕਰਾਂਗੇ, ਤਾਂ ਕਿ ਜਿਹੜੇ ਓਲਡ ਕੈਂਡੀਡੇਟ ਨੇ, ਠੀਕ ਹੈ, ਉਹਨਾਂ ਨੂੰ ਵੀ ਕੁਛ ਨਵੇਂ ਤਰੀਕੇ ਨਾਲ ਕੁਐਸਚਨ ਬਣੇ ਹੋਏ ਮਿਲਣ ਜੀ। ਠੀਕ ਹੈ, ਸੋ 15 ਨੰਬਰ ਦੇ ਲਈ ਆਂਸਰ ਕਰਿਆ ਜਾਵੇ। 15 ਦੇ ਲਈ ਜਿਨ੍ਹਾਂ ਨੇ ਵੀ ਆਂਸਰ ਚੁਣਿਆ ਜੀ, ਸੰਸਕ੍ਰਿਤ ਭਾਸ਼ਾ ਦਾ ਪ੍ਰਭਾਵ ਮਿਲਦਾ, ਸੰਸਕ੍ਰਿਤ ਦੇ ਵਿੱਚ ਮਿਲਦੇ ਨੇ, ਬਿਲਕੁਲ ਠੀਕ ਹੈ। ਇਸ ਤੋਂ ਇਲਾਵਾ ਹੋਰ ਭਾਸ਼ਾਵਾਂ ਵੀ ਨੇ, ਉਹਨਾਂ ਦੇ ਬਾਰੇ ਅੱਗੇ ਚਰਚਾ ਕਰਾਂਗੇ। ਕੁਐਸਚਨ ਨੰਬਰ 16, ਜਲੰਧਰ ਨਾਥ ਦੇ ਗ੍ਰੰਥਾਂ ਦੀ ਸੰਸਕ੍ਰਿਤ ਭਾਸ਼ਾ ਕਿਸ ਭਾਸ਼ਾ ਦੇ ਨੇੜੇ ਮੰਨੀ ਜਾਂਦੀ ਹੈ? ਆਪਸ਼ਨ ਏ ਪਾਲੀ, ਬੀ ਪ੍ਰਕਿਰਤ, ਸੀ ਸੰਦੂਕੜੀ ਅਤੇ ਡੀ ਦੇਸੀ। ਕੁਐਸਚਨ ਨੰਬਰ 16 ਲਈ ਆਂਸਰ ਕਰੋ। ਪਿਛਲੇ ਪ੍ਰਸ਼ਨ ਦੇ ਵਿੱਚ ਗੋਰਖਨਾਥ ਦੇ ਗ੍ਰੰਥਾਂ ਦੀ ਗੱਲ ਹੋਈ ਸੀ, ਜੋ ਕਿ ਸੰਸਕ੍ਰਿਤ ਦੇ ਸੰਸਕ੍ਰਿਤ ਜਿਹੜੀ ਭਾਸ਼ਾ ਉਹਦੇ ਵਿੱਚ ਲਿਖੇ ਮਿਲਦੇ ਨੇ ਜਾਂ ਮੰਨੇ ਜਾਂਦੇ ਆ। ਠੀਕ ਹੈ, ਇਸ ਪ੍ਰਸ਼ਨ ਦੇ ਵਿੱਚ ਜਲੰਧਰ ਨਾਥ ਦੇ ਗ੍ਰੰਥਾਂ ਦੀ ਗੱਲ ਹੋਈ ਹੈ, ਜੋ ਸੰਸਕ੍ਰਿਤ ਭਾਸ਼ਾ ਦੇ ਲਿਖੇ ਤਾਂ ਸੰਸਕ੍ਰਿਤ ਦੇ ਵਿੱਚ ਹੀ ਹੈ, ਪਰ ਕਿਸ ਭਾਸ਼ਾ ਦੇ ਨੇੜੇ ਮੰਨੀ ਜਾਂਦੀ ਉਹ ਭਾਸ਼ਾ? ਠੀਕ ਹੈ, ਸੋ ਇਹ ਸੰਦੂਕੜੀ ਆਪਸ਼ਨ ਸੀ ਆਂਸਰ ਜਿਹੜੇ ਕਰ ਰਹੇ ਨੇ ਉਹ ਬਿਲਕੁਲ ਠੀਕ ਆ। ਠੀਕ ਹੈ, ਇੱਦਾਂ ਵੀ ਕੁਐਸਚਨ ਪੁੱਛਿਆ ਜਾ ਸਕਦਾ, ਸੰਦੂਕੜੀ ਜਿਹੜੀ ਭਾਸ਼ਾ ਹੈ ਉਹਦਾ ਸੰਬੰਧ ਕਿੰਨਾ ਦੇ ਨਾਲ ਹੈ? ਆਪਸ਼ਨ ਦੇ ਵਿੱਚ ਹੋ ਸਕਦਾ ਤੁਹਾਨੂੰ ਨਾਥ ਜੋਗੀ ਮਿਲੇ, ਠੀਕ ਹੈ, ਜੇ ਫਿਰ ਇਕੱਲੇ ਨਾਥ ਜੋਗੀ ਹੀ ਆਪਸ਼ਨ ਦੇ ਵਿੱਚ ਦਿੱਤੇ ਹੋਏ ਤਾਂ ਜਲੰਧਰ ਨਾਥ ਆਪਸ਼ਨ ਜ਼ਿਆਦਾ ਕਰੈਕਟ ਹੋਵੇਗਾ। ਕੁਐਸਚਨ ਨੰਬਰ 17, ਠੀਕ ਹੈ, ਸੰਦੂਕੜੀ ਜਾਂ ਅਪਰਜ। ਕੁਐਸਚਨ ਨੰਬਰ 17 ਜੀ, ਗੋਬਰ ਦੇ ਢੇਰ ਤੋਂ ਜਨਮ ਹੋਣ ਦੀਆਂ ਧਾਰਨਾਵਾਂ ਦਾ ਸੰਬੰਧ ਕਿਸ ਨਾਲ ਜੋੜਿਆ ਜਾਂਦਾ ਹੈ? ਆਪਸ਼ਨ ਏ ਮਛਿੰਦਰਨਾਥ, ਬੀ ਗੋਰਖਨਾਥ, ਸੀ ਚਰਪਟਨਾਥ ਅਤੇ ਡੀ ਚਰੰਗੀਨਾਥ। ਕੁਐਸਚਨ ਨੰਬਰ 17 ਲਈ ਕਰੈਕਟ ਆਂਸਰ ਕਰੋ ਜੀ। ਗੋਬਰ ਦੇ ਢੇਰ ਤੋਂ ਜਨਮ ਹੋਇਆ ਮੰਨਿਆ ਜਾਂਦਾ ਹੈ, ਠੀਕ ਹੈ, ਇਹ ਧਾਰਨਾ ਕਿਸ ਦੇ ਨਾਲ ਸੰਬੰਧਿਤ ਹੈ? ਮਛਿੰਦਰਨਾਥ, ਗੋਰਖਨਾਥ, ਚਰਪਟਨਾਥ ਅਤੇ ਚਰੰਗੀਨਾਥ। ਜਨਮ ਜਿਹੜਾ ਉਹ ਗੋਰਖਨਾਥ ਜੀ ਦਾ ਮੰਨਿਆ ਜਾਂਦਾ ਹੈ, ਗੋਬਰ ਦੇ ਢੇਰ ਤੋਂ ਜਾਂ ਜਿਵੇਂ ਰੂੜੀ ਹੁੰਦੀ ਹੈ ਉਹਦੇ ਤੋਂ, ਠੀਕ ਹੈ, ਪਰ ਇਹਨਾਂ ਦੇ ਗੁਰੂ ਸੀ ਜਿਹੜੇ ਮਛਿੰਦਰਨਾਥ। ਸ਼ਾਇਦ ਤੁਸੀਂ ਵੀ ਸਭ ਨੇ ਸਟੋਰੀ ਸੁਣੀ ਹੋਣੀ ਕਿ ਕਿਸੇ ਪਿੰਡ ਦੇ ਵਿੱਚ ਕੋਈ ਮਾਤਾ ਰਹਿੰਦੀ ਸੀ ਜਿਨ੍ਹਾਂ ਦੇ ਕੋਈ ਬੱਚੇ ਵਗੈਰਾ ਨਹੀਂ ਹੁੰਦੇ ਸੀ, ਤਾਂ ਮਛਿੰਦਰਨਾਥ ਉੱਥੇ ਭਿੱਖਿਆ ਮੰਗਣ ਜਾਂਦੇ ਆ, ਠੀਕ ਹੈ, ਤਾਂ ਉੱਥੇ ਗੋਰਖਨਾਥ ਜੀ ਦੇ ਜੋ ਮਾਤਾ ਜੀ, ਮਤਲਬ ਕਿ ਜਿੰਨਾ ਜਿਹੜੀ ਲੇਡੀ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਆਉਂਦੇ ਨੇ ਬਾਹਰ ਅਤੇ ਉਹਨਾਂ ਨੂੰ ਭਿੱਖਿਆ ਦੇ ਰੂਪ 'ਚ ਕੁਛ ਦੇਣ ਆਉਂਦੇ ਜਦੋਂ, ਤਾਂ ਉਦਾਸ ਵੇਖ ਕੇ ਉਹ ਕਹਿੰਦੇ ਵੀ ਉਦਾਸ ਕਿਉਂ ਆ, ਤਾਂ ਉਦੋਂ ਇੱਕ ਪੁੜੀ ਦੇ ਕੇ ਜਾਂਦੇ ਜਿਹਦੇ ਵਿੱਚ ਜਿਵੇਂ ਪਿਛਲੇ ਪੁਰਾਣੇ ਟਾਈਮ ਦੇ ਵਿੱਚ ਭਭੂਤ ਵਗੈਰਾ ਚੱਲਦੀ ਹੁੰਦੀ ਸੀ ਰਾਖ, ਹੈ ਨਾ, ਤਾਂ ਉਹ ਲੋਕਾਂ ਦੇ ਕਹਿਣ 'ਤੇ ਉਹ ਰੂੜੀ ਦੇ ਵਿੱਚ ਸੜ ਦਿੰਦੇ ਆ, ਅਤੇ 12 ਸਾਲ ਦੇ ਬਾਅਦ ਜਦੋਂ ਮਛਿੰਦਰਨਾਥ ਦੁਬਾਰਾ ਆਉਂਦੇ ਆ ਉਸੇ ਘਰ, ਤਾਂ ਫਿਰ ਉਹ ਪੁੱਛਦੇ ਕਿ ਉਹ ਮੁੰਡਾ ਕਿੱਥੇ ਹੈ, ਹੁਣ ਤਾਂ ਵੱਡਾ ਹੋ ਗਿਆ ਨਾ 12 ਸਾਲ ਦਾ, ਜਿਹੜੀ ਕਿ ਗੋਰਖਨਾਥ ਦੀ ਗੱਲ ਕੀਤੀ ਜਾਂਦੀ ਹੈ, ਠੀਕ ਹੈ, ਤਾਂ ਗੋਰਖਨਾਥ ਜੀ ਬਾਰੇ ਪੁੱਛਿਆ ਜਾਂਦਾ, ਉਹ ਕਹਿੰਦੇ ਵੀ ਮੈਂ ਤਾਂ ਇਸ ਤਰ੍ਹਾਂ ਕੁਛ, ਮਤਲਬ ਕਿ ਜਿਹੜੀ ਤੁਸੀਂ ਭਭੂਤ ਦਿੱਤੀ ਸੀ ਉਹ ਤਾਂ ਮੈਂ ਖਾਧੀ ਨਹੀਂ, ਉਹ ਤਾਂ ਮੈਂ ਸੜਤੀ, ਤਾਂ ਮਛਿੰਦਰਨਾਥ ਪੁੱਛਦੇ ਆ ਕਿੱਥੇ, ਠੀਕ ਹੈ ਜੀ, ਉਦੋਂ ਉਹ ਲੈ ਕੇ ਜਾਂਦੇ ਉਸ ਰੂੜੀ ਦੇ ਢੇਰ ਦੇ ਵਿੱਚ ਕੋਲ ਜਿੱਥੇ ਕਿ ਸੱਟੀ ਹੁੰਦੀ ਹੈ, ਅਤੇ ਉਹ ਰੂੜੀ ਦੇ ਢੇਰ ਨੂੰ ਜਦੋਂ ਪੱਟਿਆ ਜਾਂਦਾ ਤਾਂ ਗੋਰਖਨਾਥ ਕਹਿੰਦੇ ਕਿ 12 ਸਾਲ ਦੇ ਉਹਦੇ ਵਿੱਚੋਂ ਨਿਕਲਦੇ ਆ,
ਅਤੇ ਸ਼ਾਇਦ ਤੁਸੀਂ ਇੱਕ ਹੋਰ ਜਿਹੜੀ ਅਖਾਉਤ ਸੁਣੀ ਹੈ ਕਿ 12 ਵਜੇ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ। ਠੀਕ ਹੈ, ਸ਼ਾਇਦ ਇੱਥੋਂ ਹੀ ਬਣੀ ਹੈ, ਹੋ ਸਕਦਾ ਜੀ, ਮੇ ਬੀ। ਬਹੁਤ ਜਣਿਆਂ ਨੂੰ ਇਹ ਇਨਫੋਰਮੇਸ਼ਨ ਪਹਿਲਾਂ ਤੋਂ ਹੀ ਪਤਾ ਹੋਣੀ, ਪਰ ਕੁਛ ਨੂੰ ਹੋਣ ਲੱਗ ਗਈ ਹੋਣੀ। ਅਤੇ ਹੁਣ ਜਿਹੜਾ ਇਹ ਕੁਸ਼ਚਨ ਹੈ ਕਦੀ ਨਹੀਂ ਭੁੱਲੇਗਾ ਤੁਹਾਨੂੰ, ਕੁਸ਼ਚਨ ਨੰਬਰ 18, ਗੋਰਖਨਾਥ ਦੀ ਰਚਨਾ ਉਹਨਾਂ ਦੀ ਕਿਸ ਜਾਤੀ ਨਾਲ ਸੰਬੰਧਿਤ ਹੋਣ ਵੱਲ ਸੰਕੇਤ ਕਰਦੀਆਂ ਹਨ ਜਾਂ ਕਰਦੀ ਹੈ? ਆਪਸ਼ਨ ਏ ਗਵਾਲਾ ਹੋਣਾ ਸੀ ਇੱਥੇ, ਬੀ ਜਲਾਹਾ, ਸੀ ਸੁਨਿਆਰ ਅਤੇ ਡੀ ਬ੍ਰਾਹਮਣ। ਕੁਸ਼ਚਨ ਨੰਬਰ 18 ਲਈ ਆਂਸਰ ਕਰੋ ਜੀ। ਹਾਂਜੀ, 18 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਸੋ 18 ਨੰਬਰ ਦੇ ਲਈ ਜਿਹੜੇ ਵੀ ਜਾ ਰਹੇ ਨੇ ਆਪਸ਼ਨ ਸੀ ਦੇ ਨਾਲ, ਸੁਨਿਆਰ ਬਿਲਕੁਲ ਠੀਕ ਹੈ, ਬਾਕੀ ਕਰਨ ਜੀ ਨੋਟ ਡਾਊਨ। ਆਪਸ਼ਨ ਸੀ ਕਰੈਕਟ ਆਂਸਰ ਹੋਵੇਗਾ। ਕੁਸ਼ਚਨ ਨੰਬਰ 19 ਦੇ ਵੱਲ ਵੱਧਦੇ ਹਾਂ। ਹਾਂਜੀ, ਆਹ ਦੇਖੋ ਲਾਈਨ ਇੱਥੇ ਦਿੱਤੀ ਹੋਈ ਹੈ, ਸੋਨਾ ਲਿਓ ਰਸੋਨਾ ਲਿਓ ਮੇਰੀ ਜਾਤੀ ਸੁਨਿਆਰੀ ਰੇ ਸੁਨਾਰੀ ਦੇ। ਠੀਕ ਹੈ, ਸੋ ਇੱਥੋਂ ਸਾਬਿਤ ਹੁੰਦਾ ਕਿ ਜਿਹੜੀ ਇਹਨਾਂ ਨੇ ਆਪਣੀ ਜਾਤੀ ਹੈ ਸੁਨਿਆਰ ਦੱਸੀ ਹੈ। ਕੁਸ਼ਚਨ ਨੰਬਰ 19, ਰਾਹੁਲ ਸੰਕਰਤਾਇਨ ਦੇ ਅਨੁਸਾਰ ਗੁਰੂ ਗੋਰਖਨਾਥ ਜੀ ਦਾ ਸਮਾਂ ਹੈ, ਆਪਸ਼ਨ ਏ 709 ਤੋਂ 849 ਈਸਵੀ, ਬੀ 799 ਤੋਂ 809 ਈਸਵੀ, ਸੀ 809 ਤੋਂ 949 ਈਸਵੀ, ਅਤੇ ਡੀ ਹੈ ਜੀ 899 ਤੋਂ 909 ਈਸਵੀ। ਕਰੋ ਜੀ ਕਰੈਕਟ ਆਂਸਰ ਕੁਸ਼ਚਨ ਨੰਬਰ 19 ਦੇ ਲਈ। ਹਾਂਜੀ, 19 ਨੰਬਰ ਲਈ ਸਹੀ ਉੱਤਰ ਚੁਣੋ ਕਿ ਰਾਹੁਲ ਸੰਕਰਤਾਇਨ ਨੇ ਜੋ ਸਮਾਂ ਦੱਸਿਆ ਹੈ ਉਹ ਕਿਹੜਾ ਦੱਸਿਆ ਹੈ। ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਜੀ 809 ਤੋਂ 949 ਈਸਵੀ, ਬਿਲਕੁਲ ਠੀਕ ਆ, ਸੀ ਆਪਸ਼ਨ, ਬਾਕੀ ਨੋਟ ਕਰਨ। ਕੁਸ਼ਚਨ ਨੰਬਰ 20, ਡਾਕਟਰ ਮੋਹਨ ਸਿੰਘ ਗੁਰੂ ਗੋਰਖਨਾਥ ਦਾ ਸਮਾਂ ਦੱਸਦੇ ਹਨ, ਆਪਸ਼ਨ ਏ 840 ਤੋਂ 940 ਈਸਵੀ, ਬੀ 940 ਤੋਂ 1040 ਈਸਵੀ, ਸੀ 1040 ਤੋਂ 1140 ਈਸਵੀ, ਡੀ 1140 ਤੋਂ 1240 ਈਸਵੀ। ਸੋ ਡਾਕਟਰ ਮੋਹਨ ਸਿੰਘ ਦੀਵਾਨਾ ਜਿਹੜੇ ਉਹ ਦੱਸਦੇ ਆ 940 ਤੋਂ 1040 ਈਸਵੀ, ਆਪਸ਼ਨ ਬੀ ਆਂਸਰ ਕਰੈਕਟ ਹੋਵੇਗਾ। ਕੁਸ਼ਚਨ ਨੰਬਰ 21, ਗੋਰਖਨਾਥ ਦੀ ਰਚਨਾ ਹੈ, ਆਪਸ਼ਨ ਏ ਅਮਰੌਦ ਸ਼ਾਸਨਮ, ਅਲੱਗ ਅਲੱਗ ਨੇ ਦੋਵੇਂ, ਠੀਕ ਹੈ ਜੀ, ਬੀ ਚਤੁਰਸ਼ੀਤਾਸ਼ਨ ਮਹਾਰਖ ਮੰਜਰੀ, ਸੀ ਸਿੱਧ ਸਿਧਾਂਤ ਪੱਧਤੀ ਯੋਗ ਬੀਜ, ਡੀ ਉਪਰੋਕਤ ਸਾਰੀਆਂ ਹੀ। ਸੋ ਗੋਰਖਨਾਥ ਜੀ ਦੀਆਂ ਰਚਨਾਵਾਂ ਪੁੱਛੀਆਂ ਗਈਆਂ ਨੇ, ਦਿੱਤੇ ਗਏ ਆਪਸ਼ਨ ਦੇ ਵਿੱਚੋਂ ਕਿਹੜੀ ਆਪਸ਼ਨ ਕੁਰੈਕਟ ਹੈ। ਗੋਰਖਨਾਥ ਜੀ ਦੀਆਂ ਜਿਹੜੀਆਂ ਰਚਨਾਵਾਂ ਨੇ ਉਹ ਸਾਰੀਆਂ ਹੀ ਨੇ ਦਿੱਤੀਆਂ ਗਈਆਂ, ਠੀਕ ਹੈ, ਇਹਨਾਂ ਤੋਂ ਵੀ ਮਹੱਤਵਪੂਰਨ ਜਿਹੜੀਆਂ ਰਚਨਾਵਾਂ ਨੇ ਉਹ ਇੱਥੇ ਦਿੱਤੀਆਂ ਗਈਆਂ ਨੇ, ਇਹਨਾਂ ਨੂੰ ਨੋਟ ਜ਼ਰੂਰ ਕਰੋ ਜੀ। ਅਵਦੂਤ ਗੀਤਾ, ਗਿਆਨਵਰਤ, ਠੀਕ ਹੈ ਜੀ, ਇਸ ਤੋਂ ਇਲਾਵਾ ਗੋਰਖਸ਼ ਗੀਤਾ, ਇਹ ਜਿਹੜੇ ਆ ਇਹ ਤੁਹਾਨੂੰ ਵੈਸੇ ਨਾਂ ਤੋਂ ਹੀ ਪਤਾ ਲੱਗ ਜਾਣੇ, ਗੋਰਖਸ਼ ਗੀਤਾ, ਗੋਰਖਸ਼ ਕਲੱਬ, ਗੋਰਖਸ਼ ਸ਼ਤਕ, ਗੋਰਖਸ਼ ਪ੍ਰਿਸ਼ਟਿਕਾ, ਪਰ ਮਹੱਤਵਪੂਰਨ ਜਿਹੜੇ ਨੇ ਉਹ ਆਹ ਦੋ ਜਿਹੜੇ ਕਿ ਭੁੱਲ ਸਕਦੇ ਹੋ ਤੁਸੀਂ, ਅਵਦੂਤ ਗੀਤਾ ਅਤੇ ਗਿਆਨਵਰਤ, ਠੀਕ ਹੈ। ਪੁੱਛਿਆ ਜਾ ਸਕਦਾ ਕਿ ਕਿਸ ਦੀ ਰਚਨਾ ਹੈ, ਧਿਆਨ ਨਾਲ ਨੋਟ ਕਰ ਲਓ ਜੀ ਇਸ ਨੂੰ। ਕੁਸ਼ਚਨ ਨੰਬਰ 22 ਹੈ, ਹੱਸਿਆ ਖੇਲਿਆ ਰਿਹਾ ਰੰਗ, ਕਾਮ ਕ੍ਰੋਧ ਨਾ ਕਰਿਆ ਸੰਗ, ਹੱਸਿਆ ਖੇਲਿਆ ਗਾਇਆ ਗੀਤ, ਦ੍ਰਿੜ ਕਰ ਰਾਖ ਆਪਣਾ ਚੀਤ। ਇਹ ਜਿਹੜੀਆਂ 17 ਨੇ ਕਿਸ ਦੀਆਂ ਨੇ, ਆਪਸ਼ਨ ਏ ਮਛਿੰਦਰਨਾਥ, ਬੀ ਗੋਰਖਨਾਥ, ਸੀ ਚਰਪਟਨਾਥ ਅਤੇ ਡੀ ਚਰੰਗੀਨਾਥ। ਬਹੁਤ ਹੀ ਜ਼ਿਆਦਾ ਮਹੱਤਵਪੂਰਨ ਕੁਸ਼ਚਨ ਹੈ ਜੀ, ਯਾਦ ਰੱਖਿਓ ਜੀ ਇਸ ਨੂੰ, ਚੰਗੀ ਤਰ੍ਹਾਂ ਮਾਇੰਡ ਦੇ ਵਿੱਚ ਬਿਠਾ ਲਓ ਕਿ ਦਿੱਤੀਆਂ ਗਈਆਂ 17 ਨੇ ਇਹ ਕਿਸ ਦੀਆਂ ਨੇ ਜੀ। 22 ਨੰਬਰ ਦੇ ਲਈ ਜਿਨ੍ਹਾਂ ਨੇ ਆਂਸਰ ਕਰਿਆ ਜੀ ਗੋਰਖਨਾਥ, ਇਹ 17 ਗੁਰੂ ਗੋਰਖਨਾਥ ਜੀ ਦੀਆਂ ਨੇ, ਬਿਲਕੁਲ ਠੀਕ ਆ। ਕੁਸ਼ਚਨ ਨੰਬਰ 22 ਦੇ ਵੱਲ ਵੱਧਦੇ ਆ। 22 ਨੰਬਰ, ਇਹ ਗੋਰਖਨਾਥ ਜੀ ਬਾਣੀ ਵਿੱਚ
ਕਿਸ ਰਸ ਦੀ ਪ੍ਰਧਾਨਤਾ ਹੈ? ਆਪਸ਼ਨ ਹੈ ਸ਼ਿੰਗਾਰ, ਬੀ ਕਰੁਣਾ, ਸੀ ਸ਼ਾਂਤ ਅਤੇ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਕੁਐਸਚਨ ਨੰਬਰ 23 ਦੇ ਲਈ ਕਰੈਕਟ ਆਂਸਰ ਕਰੋ ਜੀ, ਕਿਹੜਾ ਰਸ ਪ੍ਰਧਾਨ ਹੈ ਜੀ? ਗੁਰੂ ਗੋਰਖਨਾਥ ਜੀ ਦੀ ਬਾਣੀ ਦੇ ਵਿੱਚੋਂ। ਸੋ ਜਿਹੜੇ ਵੀ ਆਂਸਰ ਕਰ ਰਹੇ ਨੇ ਜੀ, ਸ਼ਾਂਤ ਰਸ ਬਿਲਕੁਲ ਠੀਕ ਹੈ ਜੀ, ਬਾਕੀ ਨੋਟ ਕਰਨ ਜੀ। ਕੁਐਸਚਨ ਨੰਬਰ 24 ਨੰਬਰ ਹੈ ਜੀ, ਕੁਝ 17 ਦਿੱਤੀਆਂ ਨੇ। ਚੰਦਾ ਗੋਦਾ ਦੀਨਾ ਕਰਲੇ, ਸੂਗ ਕਰਲੇ ਬਾਟੀ, ਮੋਨੀ ਰਾਜਾ ਲੂਗਾ ਧੋਵੈ, ਗੰਗਾ ਜਮਨਾ ਘਾਟੀ। ਇਹ ਦਿੱਤੀਆਂ ਗਈਆਂ 17 ਕਿਸ ਨਾਥ ਜੋਗੀ ਦੀਆਂ ਨੇ? ਆਪਸ਼ਨ ਏ ਗੋਰਖਨਾਥ, ਬੀ ਚਰਪਟਨਾਥ, ਸੀ ਚਰੰਗੀ ਨਾਥ ਅਤੇ ਡੀ ਰਤਨਨਾਥ। ਪ੍ਰਸ਼ਨ ਨੰਬਰ 24 ਸਹੀ ਉੱਤਰ ਚੁਣਿਆ ਜਾਵੇ 24 ਨੰਬਰ ਦੇ ਲਈ। ਹਾਂਜੀ, ਦਿੱਤੀਆਂ ਗਈਆਂ 17 ਵੀ ਗੋਰਖਨਾਥ ਦੀਆਂ ਨੇ। ਆਪਸ਼ਨ ਏ ਆਂਸਰ ਕਰਨ ਵਾਲੇ ਸਾਰੇ ਠੀਕ ਨੇ, ਬਾਕੀ ਨੋਟ ਕਰਨ। ਕੁਐਸਚਨ ਨੰਬਰ ਹਾਂਜੀ, ਇਹਦੇ 'ਚ ਅਲੰਕਾਰ ਜਿਹੜਾ ਉਹ ਰੂਪਕ ਵਰਤਿਆ ਗਿਆ। ਕੁਐਸਚਨ ਨੰਬਰ 25 ਹੈ ਜੀ, ਭਾਰਤੀ ਸਾਹਿਤ ਨੂੰ ਗੋਰਖਨਾਥ ਦੀ ਵੱਡੀ ਦੇਣ ਮੰਨੀ ਜਾਂਦੀ ਹੈ, ਕਿਹੜੀ? ਆਪਸ਼ਨ ਏ ਗੋਰਖ ਬਾਣੀ, ਬੀ ਅਵਧੂਤ ਗੀਤਾ, ਸੀ ਗਿਆਨ ਵਰਤ ਅਤੇ ਡੀ ਗੋਰਖ ਗੀਤਾ। ਸਾਰੀਆਂ ਹੀ ਰਚਨਾਵਾਂ ਗੋਰਖਨਾਥ ਜੀ ਦੀਆਂ ਨੇ, ਪਰ ਇਹਦੇ ਵਿੱਚ ਵੱਡੀ ਜਾਂ ਸਭ ਤੋਂ ਮਹੱਤਵਪੂਰਨ ਪੁੱਛੀ ਗਈ ਹੈ। ਸਾਹਿਤ ਦੇ ਵਿੱਚ ਵੱਡੀ ਨਹੀਂ, ਮਹੱਤਵ ਦੇ ਹਿਸਾਬ ਨਾਲ, ਠੀਕ ਹੈ ਜੀ। ਸੋ 25 ਨੰਬਰ ਦੇ ਲਈ ਜਿਹੜੇ ਆਂਸਰ ਕਰ ਰਹੇ ਨੇ ਗੋਰਖ ਬਾਣੀ, ਆਪਸ਼ਨ ਏ ਬਿਲਕੁਲ ਠੀਕ ਹੈ, ਬਾਕੀ ਨੋਟ ਕਰ। ਕੁਐਸਚਨ ਨੰਬਰ 26, ਡਾਕਟਰ ਮੋਹਨ ਸਿੰਘ ਅਨੁਸਾਰ ਈਸ਼ਰਨਾਥ ਕਿਸ ਦਾ ਨਾਂ ਸੀ? ਆਪਸ਼ਨ ਏ ਗੋਰਖਨਾਥ, ਬੀ ਚਰਪਟਨਾਥ, ਸੀ ਚਰੰਗੀ ਨਾਥ ਅਤੇ ਡੀ ਰਤਨਨਾਥ। ਇਸ ਤਰ੍ਹਾਂ ਦੇ ਪ੍ਰਸ਼ਨ ਕਾਫੀ ਚਾਂਸਿਸ ਨੇ ਪੁੱਛੇ ਜਾ ਸਕਦੇ ਨੇ ਕਿ ਮਤਲਬ ਕਿ ਆਹ ਜਿਹੜਾ ਨਾਮ ਹੈ ਕਿਸ ਦਾ ਹੈ, ਕਿਹੜੇ ਨਾਥ ਦਾ ਹੈ, ਜਿਵੇਂ ਇੱਥੇ ਪੁੱਛਿਆ ਕਿ ਈਸ਼ਰਨਾਥ, ਠੀਕ ਹੈ। ਸੋ ਜਿਹੜੇ ਮਹੱਤਵਪੂਰਨ ਨੇ ਜਿਵੇਂ ਗੋਰਖਨਾਥ, ਚਰਪਟਨਾਥ, ਚਰੰਗੀ ਨਾਥ, ਇਹਨਾਂ ਦੀ ਜ਼ਰੂਰ ਯਾਦ ਕਰ ਲੈਣਾ ਜੀ, ਠੀਕ ਹੈ। ਬਾਕੀ ਮੈਂ ਕੁਐਸਚਨ ਦੇ ਵਿੱਚ ਕਰਵਾ ਹੀ ਦੇਵਾਂਗਾ ਲਗਭਗ। ਜਿਹੜੇ ਆਂਸਰ ਕਰ ਰਹੇ ਨੇ ਜੀ, ਇੱਥੇ ਬੀ ਆਪਸ਼ਨ ਚਰਪਟਨਾਥ ਠੀਕ ਆਂਸਰ ਹੋਵੇਗਾ। ਈਸ਼ਰਨਾਥ ਚਰਪਟਨਾਥ ਦਾ ਨਾਮ ਮੰਨਿਆ ਜਾਂਦਾ। ਕੁਐਸਚਨ ਨੰਬਰ 27, ਡਾਕਟਰ ਮੋਹਨ ਸਿੰਘ ਦੇ ਅਨੁਸਾਰ ਚਰਪਟਨਾਥ ਦਾ ਸਮਾਂ ਹੈ ਕਿਹੜਾ ਹੈ ਜੀ? 780 ਤੋਂ 890 ਈਸਵੀ, ਬੀ 880 ਤੋਂ 990 ਈਸਵੀ, ਸੀ 790 ਤੋਂ 890 ਈਸਵੀ ਅਤੇ ਡੀ 890 ਤੋਂ 990 ਈਸਵੀ। ਪ੍ਰਸ਼ਨ ਨੰਬਰ 27 ਦੇ ਲਈ ਆਂਸਰ ਕਰਿਆ ਜਾਵੇ। 27 ਨੰਬਰ ਦੇ ਲਈ ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਜੀ 890 ਤੋਂ 990, ਬਿਲਕੁਲ ਠੀਕ ਆਂਸਰ ਹੋਵੇਗਾ ਜੀ, ਡੀ ਆਪਸ਼ਨ, ਬਾਕੀ ਨੋਟ ਕਰਨ। ਕੁਐਸਚਨ ਨੰਬਰ 28 ਦੇ ਵੱਲ ਵੱਧਦੇ ਹਾਂ। 28 ਨੰਬਰ ਜੀ, ਭੇਖ ਕਾ ਜੋਗੀ ਮੈਂ ਨਾ ਕਹਾਉਂ, ਆਤਮਾ ਕਾ ਜੋਗੀ ਡੈਸ਼ ਨਾ, ਕੀ ਨਾਂ ਹੈ ਜੀ? ਉਹੀ ਨਾਂ ਇਹਦੇ ਵਿੱਚ ਖਾਲੀ ਥਾਂ ਦੇ ਵਿੱਚ ਭਰਿਆ ਜਾਵੇਗਾ। ਆਪਸ਼ਨ ਏ ਗੋਰਖ, ਬੀ ਚਰਪਟ, ਸੀ ਚਰੰਗੀ ਅਤੇ ਡੀ ਰਤਨ। ਇਹ ਸਤਰ ਲਗਭਗ ਸਭ ਨੇ ਹੀ ਕਿਤੇ ਨਾ ਕਿਤੇ ਜ਼ਰੂਰ ਪੜ੍ਹੀ ਹੋਣੀ ਹੈ ਅਤੇ ਬੜੀ ਆਸਾਨੀ ਨਾਲ ਤੁਸੀਂ ਆਂਸਰ ਕਰ ਦੋਗੇ ਜੀ। ਭੇਖ ਕਾ ਜੋਗੀ ਮੈਂ ਨਾ ਕਹਾਉਂ, ਆਤਮਾ ਕਾ ਜੋਗੀ ਚਰਪਟ ਨਾ, ਬਿਲਕੁਲ ਠੀਕ ਹੈ ਜੀ, ਬੀ ਆਪਸ਼ਨ ਵਾਲੀ, ਬਾਕੀ ਨੋਟ ਕਰਨ। ਕੁਐਸਚਨ ਨੰਬਰ 29 ਹੈ ਜੀ, ਕਿਸ ਦੀ ਰਚਨਾ ਪੰਜਾਬੀ ਦੇ ਵਧੇਰੇ ਨੇੜੇ ਹੈ? ਆਪਸ਼ਨ ਏ ਗੋਰਖਨਾਥ, ਬੀ ਚਰਪਟਨਾਥ, ਸੀ ਚੰਗੀ ਨਾਥ ਅਤੇ ਡੀ ਰਤਨਨਾਥ। ਪ੍ਰਸ਼ਨ ਨੰਬਰ 29 ਲਈ ਸਹੀ ਆਂਸਰ ਕਰੋ ਜੀ, ਕਿਸ ਦੀ ਰਚਨਾ ਪੰਜਾਬੀ ਦੇ ਵਧੇਰੇ ਨੇੜੇ ਹੈ? ਡੀ ਟੂ ਪਲੱਸ ਬੀ ਦੇ ਵਿੱਚ ਆਂਸਰ ਪੁੱਛਿਆ ਗਿਆ, ਕੁਐਸਚਨ ਪੁੱਛਿਆ ਗਿਆ ਹੈ, ਪਰ ਗੋਰਖਨਾਥ ਉਹਨਾਂ ਨੇ ਆਂਸਰ ਕੀਤਾ ਜੋ ਕਿ ਗਲਤ ਹੈ। ਪਤਾ ਨਹੀਂ ਬੋਰਡ, ਕਈ ਪੰਜਾਬ ਬੋਰਡ ਤਾਂ ਬਹੁਤ ਜ਼ਿਆਦਾ ਗਲਤ ਆਂਸਰ ਕਰਦਾ, ਜਿਹਦੇ ਵਿੱਚ ਨੁਕਸਾਨ ਜਿਹੜਾ ਉਹ ਕੈਂਡੀਡੇਟ ਨੂੰ ਭੁਗਤਣਾ ਪੈਂਦਾ। ਅਤੇ ਗੋਰਖਨਾਥ ਆਂਸਰ ਕੀਤਾ ਗਿਆ ਉਹਨਾਂ ਦੇ ਵੱਲੋਂ, ਜੋ ਕਿ ਗਲਤ ਹੈ। ਸਹੀ ਉੱਤਰ ਚਰਪਟਨਾਥ ਹੈ ਜੀ,
ਠੀਕ ਹੈ ਜੀ। ਆਪਸ਼ਨ ਬੀ ਜਿਨ੍ਹਾਂ ਨੇ ਆਂਸਰ ਕੀਤਾ, ਵਧੇਰੇ ਪ੍ਰਭਾਵ ਪੁੱਛਿਆ ਗਿਆ ਇਹਦਾ, ਐ ਨਹੀਂ ਪੁੱਛਿਆ ਕਿ ਵਧੇਰੇ ਬਾਣੀ ਪੰਜਾਬੀ ਦੇ ਵਿੱਚ ਕੀ ਦੀ ਹੈ, ਇੱਦਾਂ ਨਹੀਂ ਹੈ ਜੀ। ਪ੍ਰਸ਼ਨ ਨੰਬਰ 30 ਹੈ, ਚਰਪਟ ਨਾਥ ਨੂੰ ਮੱਧ ਕਾਲ ਦਾ ਪਹਿਲਾ ਦੰਭ ਵਿਦਾਰੂ ਕਿਸ ਨੇ ਕਿਹਾ ਹੈ? ਸਹੀ ਉੱਤਰ ਕੁਸ਼ਚਨ ਨੰਬਰ 30 ਦੇ ਲਈ ਚੁਣਿਆ ਜਾਵੇ। ਫਟਾਫਟ ਆਂਸਰ ਕਰੋ ਪ੍ਰਸ਼ਨ ਨੰਬਰ 30 ਦੇ ਲਈ। ਹਾਂਜੀ, ਜਿਨ੍ਹਾਂ ਨੇ ਵੀ ਆਂਸਰ ਕਰਿਆ, ਡਾਕਟਰ ਮੋਹਨ ਸਿੰਘ, ਬਿਲਕੁਲ ਸਹੀ ਉੱਤਰ ਹੈ ਆਪਸ਼ਨ ਏ। ਇਹ ਆਪਸ਼ਨ ਬਿਲਕੁਲ ਠੀਕ, ਕਿਉਂਕਿ ਨਾਥ ਯੋਗੀਆਂ ਵਿੱਚ ਆ ਰਹੀਆਂ ਜਿਹੜੀਆਂ ਗਿਰਾਵਟਾਂ ਨੇ ਉਹਨਾਂ ਦਾ ਵਰਣਨ ਡਾਕਟਰ ਮੋਹਨ ਸਿੰਘ ਨੇ ਬੜਾ ਹੀ ਨਿਤੜਕ ਹੋ ਕੇ ਕੀਤਾ ਹੈ। ਪਹਿਲਾ ਕੁਸ਼ਚਨ ਹੈ ਜੀ, ਹਾਸਰਸ ਕਾਵਿ ਧਾਰਾ ਦਾ ਮੋਢੀ ਕਿਸ ਨੂੰ ਕਿਹਾ ਜਾਂਦਾ? ਹਾਂਜੀ, ਜਦੋਂ ਜਿਹੜੇ ਤੁਹਾਡੇ ਆਪਸ਼ਨ ਆ ਸਾਰੇ ਨਾਥ ਯੋਗੀ ਦਿੱਤੇ ਹੋਣ ਤਾਂ ਉੱਥੇ ਪੁੱਛਿਆ ਜਾਵੇ ਕਿ ਹਾਸਰਸ ਕਾਵਿ ਧਾਰਾ ਦਾ ਮੋਢੀ ਕਿਸ ਨੂੰ ਕਿਹਾ ਜਾਂਦਾ, ਤਾਂ ਆਂਸਰ ਤੁਸੀਂ ਕਿਹੜਾ ਕਰੋਗੇ? ਆਪਸ਼ਨ ਏ ਗੋਰਖ ਨਾਥ, ਬੀ ਚਰਪਟ ਨਾਥ, ਸੀ ਚਰੰਗੀ ਨਾਥ ਅਤੇ ਡੀ ਰਤਨ ਨਾਥ। ਪ੍ਰਸ਼ਨ ਨੰਬਰ 1 ਦੇ ਲਈ ਆਂਸਰ ਕਰਿਆ ਜਾਵੇ, 1 ਨੰਬਰ ਦੇ ਲਈ। ਜਿਹੜੇ ਆਂਸਰ ਕਰ ਰਹੇ ਨੇ ਜੀ ਚਰਪਟ ਨਾਥ, ਸਾਰੇ ਬਿਲਕੁਲ ਠੀਕ ਨੇ, ਬਾਕੀ ਨੋਟ ਕਰਨ। ਕੁਸ਼ਚਨ ਨੰਬਰ 2, 2 ਨੰਬਰ ਜੀ ਵੱਖਰਾ ਚੁਣੋ। ਸੋ ਇਹਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਦਿਮਾਗ ਲਾਉਣਾ ਵੀ ਇੱਕ ਵੱਖਰਾ ਹੈ ਅਤੇ ਹੈ ਜੇ ਵੱਖਰਾ ਤਾਂ ਕਿਉਂ ਆ? ਆਪਸ਼ਨ ਏ ਚਤੁਰ ਨਾਥ, ਬੀ ਚਤੁਰੰਗ ਨਾਥ, ਸੀ ਚਰੰਗੀ ਨਾਥ ਅਤੇ ਡੀ ਪੂਰਨ ਭਗਤ। ਜਿਨ੍ਹਾਂ ਨੇ ਨਾਥ ਯੋਗੀ ਸਾਹਿਤ ਇੱਕ ਰੀਡਿੰਗ ਲਈ ਹੋਈ ਹੈ ਉਹਨਾਂ ਨੂੰ ਇੰਨਾ ਤਾਂ ਜ਼ਰੂਰ ਪਤਾ ਹੋਵੇਗਾ ਕਿ ਚਰੰਗੀ ਨਾਥ ਅਤੇ ਪੂਰਨ ਭਗਤ ਲਗਭਗ ਇੱਕੋ ਹੀ ਪਰਸਨ ਨੂੰ ਮੰਨਿਆ ਜਾਂਦਾ, ਇੱਕੋ ਹੀ ਨਾਥ ਦੇ ਨਾਂ ਮੰਨੇ ਜਾਂਦੇ ਆ, ਠੀਕ ਹੈ ਜੀ। ਅਤੇ ਚਤੁਰਨਾਥ ਜਾਂ ਚਤੁਰੰਗ ਨਾਥ ਦੇ ਵਿੱਚੋਂ ਵੀ ਇੱਕ ਨਾਂ ਉਹਨਾਂ ਦਾ ਹੀ ਆ, ਠੀਕ ਹੈ। ਮੀਨਸ ਕਿ ਏ ਅਤੇ ਬੀ ਦੇ ਵਿੱਚੋਂ ਹੀ ਕੋਈ ਆਂਸਰ ਹੋਣ ਵਾਲਾ ਹੈ। ਸੋ ਜਿਹੜੇ ਆਂਸਰ ਕਰ ਰਹੇ ਨੇ ਜੀ ਆਪਸ਼ਨ ਚਤੁਰਨਾਥ, ਹਾਂਜੀ ਚਤੁਰਨਾਥ ਆਂਸਰ ਕਰਨ ਵਾਲੇ ਸਾਰੇ ਠੀਕ ਨੇ, ਬਾਕੀ 3 ਨਾਂ ਆ ਜਿਹੜੇ ਉਹ ਚਰੰਗੀ ਨਾਥ ਦੇ ਹੀ ਨੇ, ਚਰੰਗੀ ਨਾਥ, ਚਤੁਰੰਗ ਨਾਥ ਅਤੇ ਪੂਰਨ ਭਗਤ, ਠੀਕ ਹੈ, ਤਿੰਨੋਂ ਹੀ ਇੱਕੋ ਪਰਸਨ ਦੇ ਨਾਂ ਆਏ। ਕੁਸ਼ਚਨ ਨੰਬਰ 3 ਦੇ ਵੱਲ ਵੱਧਦੇ ਹਾਂ। 3 ਨੰਬਰ ਜੀ, ਕਿੱਸਾ ਪੂਰਨ ਭਗਤ ਦੇ ਨਾਇਕ ਨੂੰ, ਨਾਇਕ ਪੂਰਨ ਨੂੰ ਹੀ ਚਰੰਗੀ ਨਾਥ ਕੌਣ ਮੰਨਦਾ ਹੈ? ਆਪਸ਼ਨ ਏ ਡਾਕਟਰ ਮੋਹਨ ਸਿੰਘ ਦਿਵਾਨਾ, ਬੀ ਡਾਕਟਰ ਹਜ਼ਾਰੀ ਪ੍ਰਸਾਦ ਦਿਵੇਦੀ, ਸੀ ਡਾਕਟਰ ਜੀਤ ਸਿੰਘ ਸ਼ੀਤਲ ਅਤੇ ਡੀ ਪੰਡਿਤ ਅਯੋਧਿਆ ਸਿੰਘ ਉਪਾਧਿਆਇ। ਕੁਸ਼ਚਨ ਨੰਬਰ 3 ਦੇ ਲਈ ਆਂਸਰ ਕਰਿਆ ਜਾਵੇ, ਕੌਣ ਜਿਹੜਾ ਮੰਨਦਾ ਹੈ ਕਿ ਪੂਰਨ ਭਗਤ ਜੋ ਹੈ ਉਹੀ ਚਰੰਗੀ ਨਾਥ ਹੈ? ਕਰੋ ਜੀ ਆਂਸਰ ਕੁਸ਼ਚਨ ਨੰਬਰ 3 ਦੇ ਲਈ। ਹਾਂਜੀ, ਇਹ ਮੰਨਦਾ ਜੀ ਹਜ਼ਾਰੀ ਪ੍ਰਸਾਦ ਦਿਵੇਦੀ। ਸੋ ਜਿਨ੍ਹਾਂ ਦਾ ਆਂਸਰ ਆ ਰਿਹਾ ਜੀ ਆਪਸ਼ਨ ਬੀ, ਬਿਲਕੁਲ ਠੀਕ ਹੈ, ਬਾਕੀ ਕਰਨ ਜੀ ਨੋਟ। ਕੁਸ਼ਚਨ ਨੰਬਰ 4, ਪ੍ਰਾਣ ਸੰਗਲੀ ਕਿਸ ਦੀ ਰਚਨਾ ਹੈ? ਆਪਸ਼ਨ ਏ ਗੋਰਖਨਾਥ, ਬੀ ਚਰਪਟ ਨਾਥ, ਸੀ ਚਰੰਗੀ ਨਾਥ ਅਤੇ ਡੀ ਪਰਥਰੀਹਰੀ। ਕੁਸ਼ਚਨ ਨੰਬਰ 4, 4 ਨੰਬਰ ਲਈ ਕਰੋ ਆਂਸਰ। ਇਸ ਤੋਂ ਇਲਾਵਾ ਪ੍ਰਾਣ ਸੰਗਲੀ ਦਾ ਜਿਹੜਾ ਸੰਬੰਧ ਹੈ ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਵੀ ਜੋੜਿਆ ਜਾਂਦਾ। ਸੋ ਪ੍ਰਸ਼ਨ ਨੰਬਰ 4 ਦੇ ਲਈ ਜਿਹੜੇ ਵੀ ਆਂਸਰ ਚਰੰਗੀ ਨਾਥ ਆਂਸਰ ਕਰ ਰਹੇ ਨੇ ਬਿਲਕੁਲ ਠੀਕ ਆ, ਬਾਕੀ ਕਰਨ ਨੋਟ। ਕੁਸ਼ਚਨ ਨੰਬਰ 5, 5 ਨੰਬਰ ਹੈ ਜੀ ਰਤਨ ਨਾਥ ਦਾ ਹੋਰ ਨਾਂ ਹੈ? ਆਪਸ਼ਨ ਏ ਹਾਜੀ ਰਤਨ, ਬੀ ਬਾਬਾ ਰਤਨ, ਸੀ ਪੀਰ ਰਤਨ ਅਤੇ ਡੀ ਉਪਰੋਕਤ ਸਾਰੇ। ਪ੍ਰਸ਼ਨ ਨੰਬਰ 5 ਦੇ ਲਈ ਆਂਸਰ ਕਰੋ ਜੀ, ਰਤਨ ਨਾਥ ਜੋ ਨਾਥ ਨੇ ਇਹਨਾਂ ਦਾ ਹੋਰ ਨਾਂ ਕੀ ਹੈ? ਸੋ ਜਿਹੜੇ ਆਂਸਰ ਆਪਸ਼ਨ ਡੀ ਦੇ ਨਾਲ ਜਾ ਰਹੇ ਨੇ ਕਿ ਉਪਰੋਕਤ ਸਾਰੇ ਹੀ ਨਾਂ ਸਹੀ ਨੇ, ਬਿਲਕੁਲ ਠੀਕ ਹੈ, ਜਿਨ੍ਹਾਂ ਦਾ ਆਂਸਰ ਡੀ ਆਇਆ ਹੈ। 6 ਨੰਬਰ ਕੁਸ਼ਚਨ ਹੈ ਜੀ, ਨਾਥ ਸਿੱਧੂ ਕੀ ਬਾਣੀਆਂ
ਦਾ ਸੰਪਾਦਕ ਕੌਣ ਹੈ? ਆਪਸ਼ਨ ਏ ਡਾਕਟਰ ਮੋਹਨ ਸਿੰਘ ਦੀਵਾਨਾ, ਬੀ ਡਾਕਟਰ ਹਜ਼ਾਰੀ ਪ੍ਰਸਾਦ ਦਿਵੇਦੀ, ਸੀ ਡਾਕਟਰ ਜੀਤ ਸਿੰਘ ਸ਼ੀਤਲ ਅਤੇ ਡੀ ਪੰਡਿਤ ਅਯੋਧਿਆ ਸਿੰਘ ਉਪਾਧਿਆਏ। ਪ੍ਰਸ਼ਨ ਨੰਬਰ 6 ਦੇ ਲਈ ਆਂਸਰ ਕਰੋ ਜੀ। ਹਾਂਜੀ, ਨਾਥ ਸਿੱਧੋ ਕੀ ਬਾਣੀਆਂ, ਇਸ ਦਾ ਸੰਪਾਦਕ ਹੈ ਜੀ ਹਜ਼ਾਰੀ ਪ੍ਰਸਾਦ ਦਿਵੇਦੀ। ਸੋ ਆਂਸਰ ਬੀ ਵਾਲੇ ਠੀਕ ਨੇ, ਬਾਕੀ ਨੋਟ ਡਾਊਨ ਕਰਨਗੇ। ਕੁਸ਼ਚਨ ਨੰਬਰ 7, ਕਾਫਰ ਬੋਧ ਅਤੇ ਅੱਬਲ ਸਲੂਕ ਕਿਸ ਦੀਆਂ ਰਚਨਾਵਾਂ ਹਨ? ਬਹੁਤ ਹੀ ਜ਼ਿਆਦਾ ਮਹੱਤਵਪੂਰਨ ਕੁਸ਼ਚਨ ਹੈ ਜੀ, ਇਸ ਨੂੰ ਕਦੀ ਨਾ ਭੁੱਲਿਓ। ਆਪਸ਼ਨ ਏ ਹੈ ਜੀ ਗੋਰਖਨਾਥ, ਬੀ ਚਰੰਗੀ ਨਾਥ, ਸੀ ਭਰਥਰੀ ਹਰੀ ਅਤੇ ਡੀ ਰਤਨ ਨਾਥ। ਪ੍ਰਸ਼ਨ ਨੰਬਰ 7 ਨੰਬਰ ਲਈ ਆਂਸਰ ਕਰਿਆ ਜਾਵੇ ਜੀ। ਕਾਫਰ ਬੋਧ ਅਤੇ ਅੱਬਲ ਸਲੂਕ, ਇਹ ਦੋਵੇਂ ਰਚਨਾਵਾਂ ਰਤਨਨਾਥ ਜੀ ਦੀਆਂ ਨੇ। ਸੋ ਆਪਸ਼ਨ ਡੀ ਵਾਲੇ ਸਾਰੇ ਠੀਕ ਨੇ, ਬਾਕੀ ਕਰਨ ਜੀ ਨੋਟ ਡਾਊਨ। ਕੁਸ਼ਚਨ ਨੰਬਰ 8 ਵੱਲ ਵੱਧਦੇ ਹਾਂ ਜੀ, ਬਾਲਨਾਥ ਦਾ ਟਿੱਬਾ ਕਿੱਥੇ ਹੈ? ਬਹੁਤ ਜ਼ਿਆਦਾ ਮਹੱਤਵਪੂਰਨ ਕੁਸ਼ਚਨ ਹੈ ਜੀ, ਕਰੋ ਜੀ ਇਸ ਨੂੰ ਆਂਸਰ। ਆਪਸ਼ਨ ਏ ਹੈ ਜੀ ਜੇਹਲਮ, ਬੀ ਅਬੋਹਰ, ਸੀ ਸਿਆਲਕੋਟ ਅਤੇ ਡੀ ਪਿਸ਼ਾਵਰ। ਕੁਰੈਕਟ ਆਂਸਰ ਕਰਿਆ ਜਾਵੇ ਜੀ ਕੁਸ਼ਚਨ ਨੰਬਰ 8 ਦੇ ਲਈ। ਹਾਂਜੀ, ਬਾਲਨਾਥ ਦਾ ਟਿੱਬਾ ਜਾਂ ਬਾਲਨਾਥ ਦਾ ਟਿੱਲਾ, ਇਹ ਦੋਵੇਂ ਹੀ ਸ਼ਬਦ ਮਿਲ ਜਾਂਦੇ ਆ, ਠੀਕ ਹੈ। ਸੋ ਧਿਆਨਪੂਰਵਕ ਆਂਸਰ ਕਰਿਆ ਜਾਵੇ ਜਿਹੜੇ ਵੀ ਆਂਸਰ ਕਰ ਰਹੇ ਨੇ ਜੀ ਕੁਸ਼ਚਨ ਨੰਬਰ 8 ਦੇ ਲਈ। ਜੇਹਲਮ ਬਿਲਕੁਲ ਠੀਕ ਹੈ ਜੀ, ਜਿਨ੍ਹਾਂ ਦਾ ਆਂਸਰ ਇਹ ਆਇਆ ਹੈ ਕੁਸ਼ਚਨ ਨੰਬਰ 9 ਦੇ ਵੱਲ ਵੱਧਦੇ ਹਾਂ ਜੀ। 9 ਨੰਬਰ ਹੈ, ਯੋਗ ਜਾਂ ਯੋਗ ਕਿਸ ਦੁਆਰਾ ਦੱਸਿਆ ਗਿਆ ਸਾਧਨ ਹੈ? ਆਪਸ਼ਨ ਏ ਹੈ ਜੀ ਭਰਤਮੁਨੀ, ਬੀ ਪਤੰਜਲੀ, ਸੀ ਹੈ ਵਿਸ਼ਵਨਾਥ ਅਤੇ ਡੀ ਆਨੰਦ ਵਰਧਨ। ਕੁਸ਼ਚਨ ਨੰਬਰ 9 ਦੇ ਲਈ ਆਂਸਰ ਕਰੋ ਜੀ। ਹਾਂਜੀ, 9 ਨੰਬਰ ਲਈ ਆਂਸਰ ਕਰਿਆ ਜਾਵੇ ਯੋਗ ਜਾਂ ਯੋਗ, ਬਹੁਤ ਹੀ ਮਹੱਤਵਪੂਰਨ ਕੁਸ਼ਚਨ ਹੈ ਇਹ ਵੀ, ਅਤੇ ਇਹ ਤੁਹਾਨੂੰ ਫਿਜ਼ੀਕਲ ਐਜੂਕੇਸ਼ਨ 'ਚ ਆਮ ਦੇਖਣ ਨੂੰ ਮਿਲ ਜਾਏਗਾ ਕੁਸ਼ਚਨ। ਹਾਂਜੀ, ਪਤੰਜਲੀ ਜਿਹੜੇ ਆਂਸਰ ਕਰ ਰਹੇ ਨੇ ਬਿਲਕੁਲ ਠੀਕ ਹੈ ਜੀ, ਪਤੰਜਲੀ ਦਾ ਦੱਸਿਆ ਸਾਧਨ ਹੈ ਜੀ। ਕੁਸ਼ਚਨ ਨੰਬਰ 10 ਵੱਲ ਵੱਧਦੇ ਹਾਂ ਜੀ, ਚਰੰਗੀ ਨਾਥ ਦਾ ਧੂਣਾ ਕਿੱਥੇ ਹੈ? ਆਪਸ਼ਨ ਏ ਜੇਹਲਮ, ਬੀ ਅਬੋਹਰ, ਸੀ ਸਿਆਲਕੋਟ ਅਤੇ ਡੀ ਪਿਸ਼ਾਵਰ। ਇਸ ਤਰ੍ਹਾਂ ਦੇ ਪ੍ਰਸ਼ਨ ਹੈ ਨਾ ਜਿਹੜੇ, ਇੱਕ ਆ ਗਿਆ ਇੱਕ ਪਿੱਛੇ ਵੀ ਲੰਘ ਚੁੱਕਾ ਹੈ, ਬਹੁਤ ਹੀ ਮਹੱਤਵਪੂਰਨ ਨੇ, ਇਹੀ ਕਨਫਿਊਜ਼ ਕਰਦੇ ਆ, ਯਾਦ ਨਹੀਂ ਰਹਿੰਦੇ, ਵਾਰ ਵਾਰ ਭੁੱਲ ਜਾਂਦੇ ਆ, ਅਤੇ ਕੁਸ਼ਚਨ ਵੀ ਵਾਰ ਵਾਰ ਇੱਦਾਂ ਦੇ ਹੀ ਪੁੱਛੇ ਜਾਂਦੇ ਆ। 10 ਨੰਬਰ ਲਈ ਆਂਸਰ ਕਰੋ ਜੀ ਚਰੰਗੀ ਨਾਥ ਦਾ ਧੂਣਾ ਕਿੱਥੇ ਹੈ? ਹਾਂਜੀ, ਜਿਨ੍ਹਾਂ ਦਾ ਆਂਸਰ ਆ ਰਿਹਾ ਜੀ ਅਬੋਹਰ, ਬਿਲਕੁਲ ਠੀਕ ਹੈ ਜੀ। ਹਾਂਜੀ, ਚਰੰਗੀ ਨਾਥ ਅਬੋਹਰ। ਕੁਸ਼ਚਨ ਨੰਬਰ 11 ਨੰਬਰ ਹੈ ਜੀ, ਕਾਦਰ ਯਾਰ ਨੇ ਆਪਣੇ ਕਿੱਸੇ ਵਿੱਚ ਕਿਸ ਨੂੰ ਗੋਰਖਨਾਥ ਦਾ ਗੁਰਭਾਈ ਅਤੇ ਮਛਿੰਦਰ ਨਾਥ ਦਾ ਚੇਲਾ ਦੱਸਿਆ ਹੈ? ਆਪਸ਼ਨ ਏ ਚਰਪਟ ਨਾਥ, ਬੀ ਚਰੰਗੀ ਨਾਥ, ਸੀ ਭਰਥਰੀ ਹਰੀ ਅਤੇ ਡੀ ਰਤਨ ਨਾਥ। ਕੁਸ਼ਚਨ ਨੰਬਰ 11 ਲਈ ਆਂਸਰ ਕਰੋ ਜੀ। ਹਾਂਜੀ, ਕਾਦਰ ਯਾਰ ਨੇ ਕਿਹੜੀ ਆਪਣੇ ਕਿੱਸੇ ਦੇ ਵਿੱਚ ਕਿਸ ਨੂੰ ਗੋਰਖਨਾਥ ਦਾ ਗੁਰਭਾਈ ਅਤੇ ਮਛਿੰਦਰ ਨਾਥ ਦਾ ਚੇਲਾ ਦੱਸਿਆ ਜੀ? ਜੀ, ਕੁਰੈਕਟ ਆਂਸਰ ਆਵੇਗਾ ਜੀ ਚਰੰਗੀ ਨਾਥ, ਆਪਸ਼ਨ ਬੀ। ਕੁਸ਼ਚਨ ਨੰਬਰ 12 ਦੇ ਵੱਲ ਵੱਧਦੇ ਹਾਂ ਜੀ, 12 ਨੰਬਰ ਹੈ, ਰਾਜਾ ਸਲਵਾਨ ਦਾ ਸੰਬੰਧ ਕਿਸ ਨਾਲ ਹੈ? ਆਪਸ਼ਨ ਏ ਚਰਪਟ ਨਾਥ, ਬੀ ਚਰੰਗੀ ਨਾਥ,
ਸੀ ਭਰਤਰੀ ਹਰੀ ਅਤੇ ਡੀ ਹੈ ਜੀ ਗੋਰਖਨਾਥ। ਪ੍ਰਸ਼ਨ ਨੰਬਰ 12 ਦੇ ਲਈ ਆਂਸਰ ਕਰੋ ਜੀ। ਹਾਂਜੀ, ਰਾਜਾ ਸਲਵਾਨ ਦਾ ਸੰਬੰਧ ਕਿਸ ਦੇ ਨਾਲ ਹੈ? ਸੋ ਜਿਹੜੇ ਆਂਸਰ ਕਰ ਰਹੇ ਨੇ ਚੁਰੰਗੀ ਨਾਥ, ਬਿਲਕੁਲ ਠੀਕ ਹੈ ਜੀ। ਕੁਸ਼ਚਨ ਨੰਬਰ 13 ਦੇ ਵੱਲ ਵੱਧਦੇ ਹਾਂ ਜੀ। 13 ਨੰਬਰ ਹੈ, ਡਾਕਟਰ ਜੀਤ ਸਿੰਘ ਸ਼ੀਤਲ ਅਨੁਸਾਰ ਰਤਨ ਨਾਥ ਦਾ ਸਮਾਂ ਕੀ ਸੀ? ਆਪਸ਼ਨ ਏ 940 ਤੋਂ 1040 ਈਸਵੀ, ਬੀ 1040 ਤੋਂ 1140 ਈਸਵੀ, ਸੀ 1000 ਤੋਂ 1200 ਈਸਵੀ ਅਤੇ ਡੀ 1100 ਤੋਂ 1200 ਈਸਵੀ। ਕੁਸ਼ਚਨ ਨੰਬਰ 13 ਲਈ ਆਂਸਰ ਕਰਿਆ ਜਾਵੇ ਜੀ। 13 ਨੰਬਰ ਦੇ ਲਈ ਜਿਹੜੇ ਆਂਸਰ ਕਰ ਰਹੇ ਨੇ ਜੀ, 1000 ਤੋਂ 1200 ਈਸਵੀ ਠੀਕ ਆਂਸਰ ਹੋਵੇਗਾ, ਬਾਕੀ ਨੋਟ ਡਾਊਨ ਕਰਨਗੇ। ਕੁਸ਼ਚਨ ਨੰਬਰ 14 ਨੰਬਰ ਹੈ, ਰਤਨ ਨਾਥ ਅਤੇ ਮਛਿੰਦਰ ਨਾਥ ਵਿਚਕਾਰ ਹੋਈ ਮੁਲਾਕਾਤ ਦਾ ਵੇਰਵਾ ਬ੍ਰਹਮਦਾਸ ਨੇ ਕਿਸ ਪੋਥੀ ਵਿੱਚ ਪੇਸ਼ ਕੀਤਾ ਹੈ? ਆਪਸ਼ਨ ਏ ਰਤਨ ਗਿਆਨ, ਬੀ ਕਾਫਰ ਬੋਧ, ਸੀ ਅਵਲ ਸਲੂਕ ਅਤੇ ਡੀ ਇਹਨਾਂ ਵਿੱਚੋਂ ਕਿਸੇ 'ਚ ਵੀ ਨਹੀਂ। ਕੁਸ਼ਚਨ ਨੰਬਰ 14 ਲਈ ਆਂਸਰ ਕਰੋ ਜੀ। ਹਾਂਜੀ, 14 ਨੰਬਰ ਲਈ ਸਹੀ ਆਂਸਰ ਕਰਿਆ ਜਾਵੇ। 14 ਨੰਬਰ ਦੇ ਲਈ ਜਿਹੜੇ ਵੀ ਆਂਸਰ ਕਰ ਰਹੇ ਨੇ ਜੀ, ਆਪਸ਼ਨ ਏ, ਹਾਂਜੀ ਆਪਸ਼ਨ ਏ ਆਂਸਰ ਕਰਨ ਵਾਲੇ ਸਾਰੇ ਠੀਕ ਨੇ ਜੀ, ਬਾਕੀ ਕਰਨ ਨੋਟ ਡਾਊਨ। ਕੁਸ਼ਚਨ ਨੰਬਰ 15 ਜੀ, ਕੁਸ਼ਚਨ ਨੰਬਰ 15 ਹੈ ਜੀ, ਕਿਹੜਾ ਨਾਥ ਵਾਰ ਵਾਰ ਬੋਧ ਸੰਨਿਆਸੀ ਬਣਿਆ ਅਤੇ ਮੁੜ ਗ੍ਰਸਥ ਧਰਮ ਵਿੱਚ ਆ ਗਿਆ? ਕੁਰੈਕਟ ਆਂਸਰ ਕਰੋ ਜੀ ਕੁਸ਼ਚਨ ਨੰਬਰ 15 ਦੇ ਲਈ। ਹਾਂਜੀ, 15 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਅਤੇ ਪਿਛਲੇ ਕੁਸ਼ਚਨ ਦੇ ਲਈ ਵੀ ਉੱਪਰ ਜਿਹੜੀ ਲਿਖੀ ਗੱਲ ਹੈ ਉਸਨੂੰ ਨੋਟ ਕਰਿਆ ਜਾਵੇ ਕਿ ਜਿਹੜੀ ਰਚਨਾ ਪਿਛਲੇ ਕੁਸ਼ਚਨ ਦੇ ਵਿੱਚ ਗੱਲ ਹੋਈ ਸੀ ਰਤਨ ਗਿਆਨ ਦੀ, ਠੀਕ ਹੈ, ਉਸਨੂੰ ਕਈ ਵਿਦਵਾਨ ਮੰਨਦੇ ਨੇ ਕਿ ਉਹ ਰਤਨ ਨਾਥ ਦੀ ਰਚਨਾ ਹੈ, ਠੀਕ ਹੈ, ਪਰ ਪ੍ਰਸ਼ਨ ਦੇ ਵਿੱਚ ਬ੍ਰਹਮਦਾਸ ਦੀ ਰਚਨਾ ਦੱਸੀ ਗਈ ਹੈ। ਸੋ 15 ਨੰਬਰ ਦੇ ਲਈ, ਹਾਂਜੀ 15 ਨੰਬਰ ਲਈ ਜਿਨ੍ਹਾਂ ਦਾ ਵੀ ਸੀ ਆਂਸਰ ਆ ਰਿਹਾ ਜੀ, ਭਰਤਰੀ ਹਰੀ ਠੀਕ ਆਂਸਰ ਹੋਵੇਗਾ ਜੀ, ਬਾਕੀ ਨੋਟ ਕਰਨ ਜੀ। ਕੁਸ਼ਚਨ ਨੰਬਰ 16 ਦੇ ਵੱਲ ਵੱਧਦੇ ਹਾਂ। ਹਾਂਜੀ, ਦੇਖੋ ਲਗਭਗ ਸੱਤ ਵਾਰ ਨਾਥ ਜੋਗੀ ਬਣੇ ਅਤੇ ਵਾਰ ਵਾਰ ਗ੍ਰਸਥ ਜੀਵਨ 'ਚ। ਕੁਸ਼ਚਨ ਨੰਬਰ 16, ਗੋਰਖਨਾਥ ਦੀ ਸ਼ਾਖਾ ਬੈਰਾਗ ਪੰਥ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ? ਆਪਸ਼ਨ ਚਰਪਟ ਨਾਥ, ਬੀ ਚਰੰਗੀ ਨਾਥ, ਸੀ ਭਰਤਰੀ ਹਰੀ ਅਤੇ ਡੀ ਗੋਰਖਨਾਥ। ਪ੍ਰਸ਼ਨ ਨੰਬਰ 16 ਲਈ ਆਂਸਰ ਕਰੋ ਜੀ। 16 ਨੰਬਰ ਦੇ ਲਈ ਆਂਸਰ ਕਰਿਆ ਜਾਵੇ, ਬੈਰਾਗ ਪੰਥ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ? ਤਾਂ 16 ਨੰਬਰ ਲਈ ਜਿਨ੍ਹਾਂ ਦਾ ਆਂਸਰ ਆ ਰਿਹਾ ਜੀ ਭਰਤਰੀ ਹਰੀ, ਠੀਕ ਆਂਸਰ ਹੋਵੇਗਾ, ਬਾਕੀ ਨੋਟ ਡਾਊਨ ਕਰਨ ਜੀ। ਕੁਸ਼ਚਨ ਨੰਬਰ 17, ਕੌਣ ਗੋਰਖਨਾਥ ਦੇ ਚੇਲੇ ਅਤੇ ਚਰਪਟ ਨਾਥ ਦੇ ਗੁਰਭਾਈ ਸਨ? ਪਿੱਛੇ ਪ੍ਰਸ਼ਨ ਆਲਰੇਡੀ ਆ ਚੁੱਕਿਆ, ਆਪਸ਼ਨ ਏ ਚਰਪਟ ਨਾਥ, ਬੀ ਚਰੰਗੀ ਨਾਥ, ਸੀ ਭਰਤਰੀ ਹਰੀ ਅਤੇ ਡੀ ਗੋਪੀ ਚੰਦ। 17 ਨੰਬਰ ਦੇ ਲਈ ਸਹੀ ਆਂਸਰ ਕਰਿਆ ਜਾਵੇ। ਵੈਸੇ ਉੱਪਰ ਕਾਦਰ ਯਾਰ ਨੇ ਕਿਹਾ ਸੀ, ਠੀਕ ਹੈ, ਬਟ ਜ਼ਰੂਰੀ ਨਹੀਂ ਕਿ ਕਾਦਰ ਯਾਰ ਦੇ ਅਕੋਰਡਿੰਗ ਹੀ ਪੁੱਛਿਆ ਜਾਵੇ। ਹਾਂਜੀ, ਗੋਰਖਨਾਥ ਦੇ ਚੇਲੇ ਅਤੇ ਚਰਪਟ ਨਾਥ ਦੇ ਗੁਰਭਾਈ ਸਨ, ਉਹ ਹੈ ਜੀ ਆਪਸ਼ਨ, ਹਾਂਜੀ ਜਿਨ੍ਹਾਂ ਦਾ ਆਂਸਰ ਡੀ ਆਪਸ਼ਨ ਆ ਰਿਹਾ, ਠੀਕ ਹੈ ਜੀ, ਬਾਕੀ ਨੋਟ ਡਾਊਨ ਕਰਨ। ਕੁਸ਼ਚਨ ਨੰਬਰ 18, ਚਰੰਗੀ ਨਾਥ ਦਾ ਖੂਹ ਕਿੱਥੇ ਹੈ?
ਆਪਸ਼ਨ ਹੈ ਉਜੈਨ, ਬੀ ਜਲੰਧਰ, ਸੀ ਸਿਆਲਕੋਟ ਅਤੇ ਡੀ ਰਾਜਸਥਾਨ। ਪ੍ਰਸ਼ਨ ਨੰਬਰ 18 ਦੇ ਲਈ ਆਲਰੇਡੀ ਆਉਂਦਾ ਹੋਣਾ ਇਹ ਕੁਐਸਚਨ ਸਭ ਨੂੰ। ਹਾਂਜੀ, ਚਰੰਗੀ ਨਾਦ ਦਾ ਖੂਹ ਕਿੱਥੇ ਹੈ? ਚਰੰਗੀ ਨਾਦ ਦਾ ਖੂਹ ਆ ਜੀ ਸਿਆਲਕੋਟ ਦੇ ਵਿੱਚ ਜੀ। ਠੀਕ ਹੈ ਜੀ, ਕੁਐਸਚਨ ਨੰਬਰ 19 ਦੇ ਵੱਲ ਵੱਧਦੇ ਹਾਂ ਜੀ। ਜਲੰਧਰ ਸ਼ਹਿਰ ਦਾ ਨਾਂ ਕਿਸ ਨਾਥ ਦੇ ਨਾਂ 'ਤੇ ਪਿਆ? ਆਪਸ਼ਨ ਏ ਜਲੰਧਰ ਨਾਥ, ਬੀ ਗੋਰਖ ਨਾਥ, ਸੀ ਚਰਪਟ ਨਾਥ ਅਤੇ ਡੀ ਚਰੰਗੀ ਨਾਥ। 19 ਨੰਬਰ ਦੇ ਲਈ ਆਂਸਰ ਕਰਿਆ ਜਾਵੇ। ਪ੍ਰਸ਼ਨ ਨੰਬਰ 19 ਨੰਬਰ ਦੇ ਲਈ ਬਹੁਤ ਈਜ਼ੀ ਕੁਐਸਚਨ ਬਣ ਗਿਆ, ਕਿਉਂਕਿ ਨਾਂ ਦੇ ਵਿੱਚ ਹੀ ਆਂਸਰ ਹੈ ਜਲੰਧਰ ਨਾਥ, ਜਿਨ੍ਹਾਂ ਨੇ ਆਂਸਰ ਕਰਿਆ ਸਭ ਦਾ ਠੀਕ ਹੈ। ਕੁਐਸਚਨ ਨੰਬਰ 20 ਦੇ ਵੱਲ ਵੱਧਦੇ ਹਾਂ। ਹਿੰਦੂ ਧਿਆਣੇ ਦਿਓਰਾ, ਮੁਸਲਮਾਨ ਮਸੀਤ, ਜੋਗੀ ਧਿਆਣੇ ਧਰਮਪਦ, ਜਹਾਂ ਦਿਓਰਾ ਨਾ ਮਸੀਤ, ਇਹ ਕਿਸ ਦੀਆਂ ਸਤਰਾਂ ਨੇ? ਆਪਸ਼ਨ ਏ ਜਲੰਧਰ ਨਾਥ, ਬੀ ਗੋਰਖ ਨਾਥ, ਸੀ ਚਰਪਟ ਨਾਥ ਅਤੇ ਡੀ ਚਰੰਗੀ ਨਾਥ। ਕੁਐਸਚਨ ਨੰਬਰ 20 ਲਈ ਆਂਸਰ ਕਰੋ ਜੀ। ਪ੍ਰਸ਼ਨ ਨੰਬਰ 20 ਦੇ ਲਈ ਆਂਸਰ ਕਰਿਆ ਜਾਵੇ। ਹਾਂਜੀ, ਪ੍ਰਸ਼ਨ ਨੰਬਰ 20 ਦੇ ਲਈ ਜਿਹੜੇ ਆਂਸਰ ਕਰ ਰਹੇ ਨੇ ਗੋਰਖ ਨਾਥ, ਬਿਲਕੁਲ ਠੀਕ ਹੈ, ਬਾਕੀ ਨੋਟ ਡਾਊਨ ਕਰਨਗੇ। ਕੁਐਸਚਨ ਨੰਬਰ 21 ਦੇ ਵੱਲ ਵੱਧਦੇ ਹਾਂ। ਇਸਤਰੀ ਨੂੰ ਬਾਗਣ ਕਿਸ ਨਾਥ ਨੇ ਕਿਹਾ? ਇਹ ਵੀ ਪ੍ਰਸ਼ਨ ਬਹੁਤ ਹੀ ਮਹੱਤਵਪੂਰਨ ਹੈ ਅਤੇ ਵਾਰ ਵਾਰ ਪੁੱਛਿਆ ਜਾਣ ਵਾਲਾ ਹੈ ਜੀ। ਪ੍ਰਸ਼ਨ ਸੌਖਾ ਹੈ ਪਰ ਯਾਦ ਰੱਖਣਾ ਬਹੁਤ ਜ਼ਰੂਰੀ, ਕਈ ਵਾਰੀ ਸੌਖੇ ਕੁਐਸਚਨ ਹੀ ਕਨਫਿਊਜ਼ ਕਰ ਦਿੰਦੇ ਹੁੰਦੇ ਆ। ਜਿਹੜੇ ਆਂਸਰ ਕਰ ਰਹੇ ਨੇ ਜੀ ਗੋਰਖ ਨਾਥ, ਬਿਲਕੁਲ ਠੀਕ ਹੈ। ਕੁਐਸਚਨ ਨੰਬਰ 22 ਦੇ ਵੱਲ ਵੱਧਦੇ ਹਾਂ। 22 ਨੰਬਰ ਇਹ ਧਨੀ ਰਾਮ ਚਾਤ੍ਰਿਕ ਨੇ ਭਰਥਰੀਹਰੀ ਵਿੱਚ ਭਰਥਰੀਹਰੀ ਨੂੰ ਕਿੱਥੋਂ ਦਾ ਰਾਜਾ ਦੱਸਿਆ ਹੈ? ਆਪਸ਼ਨ ਏ ਉਜੈਨ, ਬੀ ਜਲੰਧਰ, ਸੀ ਸਿਆਲਕੋਟ ਅਤੇ ਡੀ ਰਾਜਸਥਾਨ। ਕੁਐਸਚਨ ਨੰਬਰ 22 ਲਈ ਆਂਸਰ ਕਰੋ ਜੀ। ਪ੍ਰਸ਼ਨ ਨੰਬਰ 22 ਨੰਬਰ ਲਈ ਆਂਸਰ ਕਰਿਆ ਜਾਵੇ। ਧਨੀ ਰਾਮ ਚਾਤ੍ਰਿਕ ਨੇ ਭਰਥਰੀਹਰੀ ਦੇ ਵਿੱਚ ਭਰਥਰੀਹਰੀ ਨੂੰ ਰਾਜਾ ਦੱਸਿਆ ਜੀ ਉਜੈਨ ਦਾ। ਆਪਸ਼ਨ ਏ ਆਂਸਰ ਵਾਲੇ ਠੀਕ ਨੇ ਜੀ, ਬਾਕੀ ਨੋਟ ਡਾਊਨ ਕਰਨ। ਕੁਐਸਚਨ ਨੰਬਰ 23 ਹੈ, ਪੂਰਨ ਨਾਥ ਜੋਗੀ ਕਿਸ ਦੀ ਰਚਨਾ ਹੈ? ਆਪਸ਼ਨ ਏ ਭਾਈ ਵੀਰ ਸਿੰਘ, ਬੀ ਪ੍ਰੋਫੈਸਰ ਪੂਰਨ ਸਿੰਘ, ਸੀ ਧਨੀ ਰਾਮ ਚਾਤ੍ਰਿਕ ਅਤੇ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। 23 ਨੰਬਰ ਲਈ ਆਂਸਰ ਕਰੋ ਜੀ। ਪ੍ਰਸ਼ਨ ਨੰਬਰ 23 ਦੇ ਲਈ ਜਿਹੜੇ ਜਾ ਰਹੇ ਨੇ ਜੀ ਪ੍ਰੋਫੈਸਰ ਪੂਰਨ ਸਿੰਘ, ਆਪਸ਼ਨ ਦੇ ਨਾਲ ਬਿਲਕੁਲ ਠੀਕ ਹੈ ਜੀ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਰਚਨਾ ਹੈ ਪੂਰਨ ਨਾਥ ਜੋਗੀ। ਕੁਐਸਚਨ ਨੰਬਰ 24, ਅਨੰਤ ਵਾਕਿਆ ਕਿਸ ਦੀ ਰਚਨਾ ਹੈ? ਆਪਸ਼ਨ ਏ ਜਲੰਧਰ ਨਾਥ, ਬੀ ਗੋਰਖ ਨਾਥ, ਸੀ ਚਰਪਟ ਨਾਥ ਅਤੇ ਡੀ ਚਰੰਗੀ ਨਾਥ। ਪ੍ਰਸ਼ਨ ਨੰਬਰ 24 ਲਈ ਆਂਸਰ ਕਰੋ, ਅਨੰਤ ਵਾਕਿਆ ਕਿਸ ਦੀ ਰਚਨਾ ਹੈ? ਹਾਂਜੀ, ਇਹ ਰਚਨਾ ਹੈ ਜੀ ਚਰਪਟ ਨਾਥ ਦੀ। ਸੋ ਜਿਨ੍ਹਾਂ ਨੇ ਆਂਸਰ ਚਰਪਟ ਨਾਥ ਕਰਿਆ ਜੀ ਬਿਲਕੁਲ ਠੀਕ ਹੈ। ਕੁਐਸਚਨ ਨੰਬਰ 25, ਹਾਂਜੀ, ਦਾਮ ਕਾਟ ਬਾਗਣ ਲੈ ਆਇਆ, ਮਾਓ ਕਹੇ ਮੇਰਾ ਪੁੱਤ ਵਿਆਇਆ, ਗੀਲੀ ਲੱਕੜੀ ਕੋ ਕਣਕ ਲਾਇਆ, ਟਿੰਡਾਲ ਮੂਲ ਚੁਣ ਖਾਇਆ। ਇਹ ਜਿਹੜੀਆਂ ਸਤਰਾਂ ਨੇ ਕਿਸ ਦੀਆਂ ਨੇ? ਪਿੱਛੇ ਇੱਕ ਪ੍ਰਸ਼ਨ ਆ ਚੁੱਕਿਆ ਇਹਨਾਂ ਦੇ ਨਾਲ ਸੰਬੰਧਿਤ, ਇਸ ਕਰਕੇ ਬੜੀ ਆਸਾਨੀ ਨਾਲ ਤੁਸੀਂ ਗੈਸ ਕਰ ਲਓਗੇ। ਆਪਸ਼ਨ ਏ ਆ ਜੀ ਜਲੰਧਰ ਨਾਥ, ਬੀ ਗੋਰਖ ਨਾਥ, ਸੀ ਚਰਪਟ ਨਾਥ ਅਤੇ ਡੀ ਚਰੰਗੀ ਨਾਥ। ਪ੍ਰਸ਼ਨ ਨੰਬਰ 25 ਦੇ ਲਈ ਆਂਸਰ ਕਰੋ ਜੀ। 25 ਨੰਬਰ ਦੇ ਲਈ ਸਭ ਦਾ ਹੀ ਆਂਸਰ ਜੀ ਬਿਲਕੁਲ ਠੀਕ, ਗੋਰਖ ਨਾਥ ਜਿਨ੍ਹਾਂ ਨੇ ਆਂਸਰ ਕਰਿਆ, ਗੋਰਖ ਨਾਥ ਜੀ ਦੀਆਂ ਸਤਰਾਂ ਨੇ। ਕੁਐਸਚਨ ਨੰਬਰ 26 ਨੰਬਰ ਏ, ਜੋਗੀਆਂ ਅਤੇ ਮਹੰਤਾਂ ਦੀ ਉਪਾਧੀ ਨੂੰ ਨਾਥ ਕਿਹਾ ਜਾਂਦਾ ਹੈ? ਨਾਥ ਜਾਂ ਨਾ ਸਵਾਮੀ ਦੇ ਅਰਥਾਂ ਵਿੱਚ ਆਉਂਦਾ ਹੈ। ਯੋਗੀ ਲਈ ਜੋਗੀ ਸ਼ਬਦ ਵਰਤਿਆ ਜਾਂਦਾ ਹੈ। ਇਹ ਜਿਹੜਾ ਕਥਨ ਹੈ ਜਾਂ ਇਹ
ਜਿਹੜੀ ਪਰਿਭਾਸ਼ਾ ਹੈ ਕਿਸ ਦੀ ਹੈ? ਆਪਸ਼ਨ ਏ ਡਾਕਟਰ ਮੋਹਨ ਸਿੰਘ ਦੀਵਾਨਾ, ਬੀ ਡਾਕਟਰ ਹਜ਼ਾਰੀ ਪ੍ਰਸਾਦ ਦਵੇਦੀ, ਸੀ ਡਾਕਟਰ ਜੀਤ ਸਿੰਘ ਸ਼ੀਤਲ ਅਤੇ ਡੀ ਪੰਡਿਤ ਅਯੋਧਿਆ ਸਿੰਘ ਉਪਾਧਿਆਏ। ਕੁਸ਼ਚਨ ਨੰਬਰ 26 ਲਈ ਆਂਸਰ ਕਰੋ ਜੀ। ਹਾਂਜੀ, 26 ਨੰਬਰ ਦੇ ਲਈ ਜਿਹੜੇ ਜਾ ਰਹੇ ਨੇ ਡਾਕਟਰ ਜੀਤ ਸਿੰਘ ਸ਼ੀਤਲ ਦੇ ਨਾਲ, ਬਿਲਕੁਲ ਠੀਕ ਆ, ਆਪਸ਼ਨ ਸੀ ਜਿਨ੍ਹਾਂ ਦਾ ਆਂਸਰ ਆ ਰਿਹਾ ਕੁਸ਼ਚਨ ਨੰਬਰ 27। ਖਾਇਆ ਵੀ ਮਰੇ ਅਣਖਾਇਆ ਵੀ ਮਰੇ, ਡੈਸ਼ ਕਹੇ ਸੰਜਮੀ ਤਰੇ। ਸੋ ਇਸ ਖਾਲੀ ਥਾਂ ਦੇ ਵਿੱਚ ਇੱਕ ਨਾਥ ਦਾ ਨਾਂ ਆਉਣਾ ਹੈ ਅਤੇ ਉਸੇ ਨਾਥ ਦੀਆਂ ਇਹ ਰਚਨਾ ਇਹ ਸਤਰਾਂ ਨੇ। ਠੀਕ ਹੈ ਜੀ, ਕਰੋ ਜੀ ਕੁਸ਼ਚਨ ਨੰਬਰ 27 ਦੇ ਲਈ ਆਂਸਰ। ਖਾਇਆ ਵੀ ਮਰੇ ਅਣਖਾਇਆ ਵੀ ਮਰੇ, ਗੋਰਖ ਕਹੇ ਸੰਜਮੀ ਤਰੇ। ਜਿਹੜੇ ਵੀ ਆਪਸ਼ਨ ਇਹਦੇ ਨਾਲ ਜਾ ਰਹੇ ਨੇ ਠੀਕ ਨੇ ਜੀ। ਕੁਸ਼ਚਨ ਨੰਬਰ 28 ਦੇ ਵੱਲ ਵੱਧਦੇ ਹਾਂ। ਸੁਣ ਸੁਖਵੰਤਾ ਸੁਣ ਪਤਵੰਤਾ, ਇਸ ਜਗ ਮੈਂ ਕੈਸੇ ਰਹਿਣਾ, ਅੱਖੀ ਦੇਖਣਾ ਕੰਨੀ ਸੁਣਨਾ, ਮੁੱਖ ਸੇ ਕੁਝ ਨਾ ਕਹਿਣਾ। ਇਹ ਸਤਰਾਂ ਕਿਸ ਦੀਆਂ ਨੇ? ਆਪਸ਼ਨ ਏ ਜਲੰਧਰ ਨਾਥ, ਬੀ ਗੋਰਖ ਨਾਥ, ਸੀ ਚਰਪਟ ਨਾਥ ਅਤੇ ਡੀ ਚੁਰੰਗੀ ਨਾਥ। ਕੁਸ਼ਚਨ ਨੰਬਰ 28 ਲਈ ਆਂਸਰ ਕਰੋ ਜੀ। ਹਾਂਜੀ, 28 ਨੰਬਰ ਦੇ ਲਈ ਆਂਸਰ ਕਰਿਆ ਜਾਵੇ। ਸੋ ਜਿਹੜੇ ਵੀ ਜਾ ਰਹੇ ਨੇ ਜੀ, ਆਪਸ਼ਨ ਚਰਪਟ ਨਾਥ ਦੇ ਨਾਲ, ਬਿਲਕੁਲ ਠੀਕ ਹੈ ਜੀ, ਚਰਪਟ ਨਾਥ ਦੀਆਂ ਇਹ ਸਤਰਾਂ ਨੇ। ਕੁਸ਼ਚਨ ਨੰਬਰ 29। 29 ਨੰਬਰ, ਪੰਡਿਤ ਅਯੋਧਿਆ ਸਿੰਘ ਉਪਾਧਿਆਏ ਚੁਰੰਗੀ ਨਾਥ ਨੂੰ ਪੂਰਨ ਭਗਤ ਦਾ ਡੈਸ਼ ਮੰਨਦੇ ਹਨ। ਆਪਸ਼ਨ ਏ ਗੁਰੂ, ਬੀ ਚੇਲਾ, ਸੀ ਸ਼ਰਧਾਲੂ ਅਤੇ ਡੀ ਭਰਾ। ਕੁਸ਼ਚਨ ਨੰਬਰ 29 ਦੇ ਲਈ ਆਂਸਰ ਕਰੋ ਜੀ। ਪੰਡਿਤ ਅਯੋਧਿਆ ਸਿੰਘ ਉਪਾਧਿਆਏ ਚੁਰੰਗੀ ਨਾਥ ਨੂੰ ਪੂਰਨ ਭਗਤ ਦਾ ਡੈਸ਼ ਮੰਨਦੇ ਹਨ। ਵੈਸੇ ਤਾਂ ਚੁਰੰਗੀ ਨਾਥ ਅਤੇ ਪੂਰਨ ਭਗਤ ਇੱਕੋ ਪਰਸਨ ਨੂੰ ਕਿਹਾ ਗਿਆ, ਠੀਕ ਹੈ, ਪਰ ਜਿਹੜੇ ਡਾਕਟਰ ਪੰਡਿਤ ਅਯੋਧਿਆ ਸਿੰਘ ਉਪਾਧਿਆਏ ਨੇ ਇਹ ਕੁਛ ਹੋਰ ਮੰਨਦੇ ਆ। ਕਰੋ ਜੀ ਆਂਸਰ ਕੁਸ਼ਚਨ ਨੰਬਰ 29 ਦੇ ਲਈ, 29 ਨੰਬਰ ਦੇ ਲਈ। ਜਿਹੜੇ ਵੀ ਜਾ ਰਹੇ ਨੇ ਜੀ ਆਪਸ਼ਨ ਡੀ ਦੇ ਨਾਲ, ਬਿਲਕੁਲ ਠੀਕ ਹੈ, ਬਾਕੀ ਕਰਨ ਜੀ ਨੋਟ ਡਾਊਨ। ਹਾਂਜੀ, ਭਰਾ ਮੰਨਦੇ ਸਨ, ਸੋ ਆਪਸ਼ਨ ਡੀ ਆਪਣਾ ਬਿਲਕੁਲ ਠੀਕ ਹੋਵੇਗਾ ਜੀ। ਕੁਸ਼ਚਨ ਨੰਬਰ 30, ਕੁੱਤੇ ਕੀ ਨਿਆਈ ਮੰਗਣ ਨਾ ਜਾਣੇ, ਕਿਸ ਦੀ ਸਤਰ ਹੈ ਜੀ? ਇਹ ਵੀ ਬਹੁਤ ਮਹੱਤਵਪੂਰਨ ਸਤਰ ਹੈ, ਇਸਨੂੰ ਵੀ ਜ਼ਰੂਰ ਯਾਦ ਰੱਖਣਾ। ਕੁਸ਼ਚਨ ਨੰਬਰ 30 ਦੇ ਲਈ ਆਂਸਰ ਕਰਿਆ ਜਾਵੇ। ਆਪਸ਼ਨ ਏ ਹੈ ਜੀ ਜਲੰਧਰ ਨਾਥ, ਬੀ ਗੋਰਖ ਨਾਥ, ਸੀ ਚਰਪਟ ਨਾਥ ਅਤੇ ਡੀ ਚੁਰੰਗੀ ਨਾਥ। ਕੁਸ਼ਚਨ ਨੰਬਰ 30 ਦੇ ਲਈ ਆਂਸਰ ਕਰੋ ਜੀ। 30 ਨੰਬਰ ਦੇ ਲਈ ਜਿਹੜੇ ਵੀ ਜਾ ਰਹੇ ਨੇ ਆਪਸ਼ਨ ਸੀ ਦੇ ਨਾਲ, ਚਰਪਟ ਨਾਥ, ਚਰਪਟ ਨਾਥ ਦੀਆਂ ਇਹ ਸਤਰਾਂ ਨੇ। ਜਿਹੜੇ ਆਂਸਰ ਸੀ ਕਰ ਰਹੇ ਨੇ ਬਿਲਕੁਲ ਠੀਕ ਆ, ਬਾਕੀ ਨੋਟ ਡਾਊਨ ਕਰਨ। ਪਹਿਲਾ ਕੁਸ਼ਚਨ ਹੈ ਜੀ, ਹਠ ਯੋਗ ਦਾ ਖੰਡਨ ਕਰਨ ਵਾਲਾ ਨਾਥ ਕਿਹੜਾ ਹੈ? ਆਪਸ਼ਨ ਏ ਗੋਰਖ ਨਾਥ, ਬੀ ਚਰਪਟ ਨਾਥ, ਸੀ ਚੁਰੰਗੀ ਨਾਥ ਅਤੇ ਡੀ ਹੈ ਜੀ ਰਤਨ ਨਾਥ। ਸਹੀ ਆਂਸਰ ਕੁਸ਼ਚਨ ਨੰਬਰ 1 ਦੇ ਲਈ ਕਰੋ ਜੀ, ਹਠ ਯੋਗ ਦਾ ਖੰਡਨ ਕਰਨ ਵਾਲਾ ਨਾਥ ਕਿਹੜਾ ਹੈ? ਸੋ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਆਪਣੇ ਵੱਲੋਂ ਪੂਰੀ ਤਰ੍ਹਾਂ ਤਿਆਰੀ ਕਰਕੇ ਆਇਓ ਇਸ ਟੌਪਿਕ ਦੇ ਨਾਲ ਰਿਲੇਟਡ, ਹੋਰ ਜੋ ਵੀ ਕੁਸ਼ਚਨ ਮਿਲਣ ਉਹਨਾਂ ਨੂੰ ਕਰਕੇ ਆਇਓ। ਜੇਕਰ ਤੁਸੀਂ ਕਰਕੇ ਆਇਓ ਤਾਂ ਆਂਸਰ ਦੇ ਸਕੋਗੇ ਇਹਨਾਂ ਪ੍ਰਸ਼ਨਾਂ ਦੇ, ਨਵੇਂ ਕੁਸ਼ਚਨ ਤੁਹਾਨੂੰ ਸਾਰੇ ਦੇਖਣ ਨੂੰ ਮਿਲਣਗੇ ਲਗਭਗ, ਠੀਕ ਹੈ ਜੀ। ਸੋ ਜਿਹੜੇ 1 ਨੰਬਰ ਦੇ ਲਈ ਆਂਸਰ ਕਰ ਰਹੇ ਨੇ ਜੀ, ਆਪਸ਼ਨ ਬੀ ਚਰਪਟ ਨਾਥ, ਬਿਲਕੁਲ ਠੀਕ ਆਂਸਰ ਹੋਵੇਗਾ। ਕੁਸ਼ਚਨ ਨੰਬਰ
ਤੋਂ ਉਹਦੇ ਵੱਲ ਵੱਧਦੇ ਹਾਂ ਜੀ। ਹਾਂਜੀ, ਹਠ ਯੋਗ ਦਾ ਖੰਡਨ ਕਰਨ ਵਾਲਾ ਨਾਥ ਚਰਪਟਨਾ ਸੀ। ਕੁਐਸਚਨ ਨੰਬਰ 2 ਹੈ, ਕਿਸ ਦੇ ਅਨੁਸਾਰ ਚਰਪਟਨਾਥ ਦੇ ਵਿਚਾਰ ਗੋਰਖਨਾਥ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਦੇ ਜੁਲਦੇ ਸਨ? ਆਪਸ਼ਨ ਏ ਡਾਕਟਰ ਮੋਹਨ ਸਿੰਘ, ਬੀ ਹਜ਼ਾਰੀ ਪ੍ਰਸਾਦ ਦਿਵੇਦੀ, ਡਾਕਟਰ ਹਜ਼ਾਰੀ ਪ੍ਰਸਾਦ ਦਿਵੇਦੀ, ਸੀ ਡਾਕਟਰ ਜੀਤ ਸਿੰਘ ਸ਼ੀਤਲ ਅਤੇ ਡੀ ਪੰਡਿਤ ਅਯੋਧਿਆ ਸਿੰਘ ਉਪਾਧਿਆਇ। ਕੁਐਸਚਨ ਨੰਬਰ 2 ਦੇ ਲਈ ਆਂਸਰ ਦਿਓ, ਕਿਸ ਦੇ ਅਨੁਸਾਰ ਚਰਪਟਨਾਥ ਦੇ ਵਿਚਾਰ ਜਿਹੜੇ ਉਹ ਗੋਰਖਨਾਥ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਦੇ ਜੁਲਦੇ ਸਨ? ਸੋ ਪ੍ਰਸ਼ਨ ਦੇ ਲਈ ਜਿਹੜੇ ਆਪਸ਼ਨ ਏ ਦੇ ਨਾਲ ਜਾ ਰਹੇ ਨੇ, ਬਿਲਕੁਲ ਠੀਕ ਆ ਜੀ, ਡਾਕਟਰ ਮੋਹਨ ਸਿੰਘ ਦੀਵਾਨਾ ਦੇ ਅਨੁਸਾਰ। ਹਾਂਜੀ, ਡਾਕਟਰ ਮੋਹਨ ਸਿੰਘ ਦੀਵਾਨਾ ਦੇ ਅਨੁਸਾਰ। ਕੁਐਸਚਨ ਨੰਬਰ 3 ਦੇ ਵੱਲ ਵੱਧਦੇ ਹਾਂ ਜੀ। 3 ਨੰਬਰ ਹੈ ਜੀ, ਤਣ ਤੀਰਥ ਬ੍ਰਾਹਮਣ ਕੇ ਕਰਮਾ, ਪੁੰਨ ਤਨ ਖੱਤਰੀ ਕੇ ਧਰਮਾ, ਬੰਜ ਵਿਪਾਰ ਬੇਸਨੂ ਕੇ ਕਰਮਾ, ਸੇਵਾ ਭਾਵ ਸੂਦਰ ਕੇ ਧਰਮਾ। ਚਾਰੋ ਧਰਮ ਇਹੋ ਚਾਰੋ ਕਰਮਾ ਚਰਪਟ। ਅਸਲ 'ਚ ਇਹ ਖਾਲੀ ਥਾਂ ਬਣਾਉਣੀ ਸੀ, ਗਲਤ ਹੋ ਗਿਆ ਕੰਮ। ਚਲੋ, ਹੁਣ ਜਿਵੇਂ ਵੀ ਹੋ ਗਿਆ, ਆਂਸਰ ਤੁਹਾਨੂੰ ਪਤਾ ਲੱਗ ਹੀ ਚੁੱਕਾ ਹੈ। ਠੀਕ ਹੈ, 3 ਨੰਬਰ ਦੇ ਲਈ। ਸੋ ਜਿਨ੍ਹਾਂ ਨੇ ਚਰਪਟ ਆਂਸਰ ਕਰਿਆ, ਬਿਲਕੁਲ ਠੀਕ ਹੈ। ਅਸਲ 'ਚ ਇਹ ਲਾਈਨਾਂ ਜਿਹੜੀਆਂ ਨੇ ਮੈਂਸ਼ਨ ਨਹੀਂ ਕਰਨੀਆਂ ਸੀ ਅਤੇ ਨਾ ਹੀ ਤੁਹਾਨੂੰ ਆਉਣਗੀਆਂ ਜੀ। ਹਾਂਜੀ, ਜਦੋਂ ਤੁਹਾਨੂੰ ਇਹ ਕੁਐਸਚਨ ਪੁੱਛਿਆ ਜਾਵੇਗਾ ਤਾਂ ਉੱਪਰਲੀਆਂ 2 ਲਾਈਨਾਂ ਹੀ ਆਉਣਗੀਆਂ ਜੀ। ਠੀਕ ਹੈ ਜੀ, ਇਸ ਕਰਕੇ ਧਿਆਨਪੂਰਵਕ ਇਸ ਕੁਐਸਚਨ ਨੂੰ ਸਮਝ ਲਓ। ਹੁਣ ਚਲੋ, ਆਂਸਰ ਜਿਹੜਾ ਆਂਸਰ ਵਾਲੀ ਲਾਈਨ ਵੀ ਪੈ ਗਈ ਹੈ। ਠੀਕ ਹੈ, ਆਹ ਵਾਲੀ ਲਾਈਨ ਇਹ ਨਹੀਂ ਪਾਉਣੀ ਚਾਹੀਦੀ ਸੀ, ਕਿਉਂਕਿ ਜਦੋਂ ਤੁਹਾਨੂੰ ਕੁਐਸਚਨ ਪੁੱਛਿਆ ਜਾਵੇਗਾ ਪੇਪਰ ਦੇ ਵਿੱਚ ਤਾਂ ਉੱਪਰਲੀਆਂ 2 ਲਾਈਨਾਂ ਹੀ ਮੈਂਸ਼ਨ ਕੀਤੀਆਂ ਜਾਣਗੀਆਂ। ਠੀਕ ਹੈ, ਜਾਂ ਫਿਰ ਹੋ ਸਕਦਾ ਕਿ ਚਰਪਟ ਜਿਹੜਾ ਇੱਥੇ ਆਇਆ ਸ਼ਬਦ, ਇਸ ਨੂੰ ਖਾਲੀ ਜਗ੍ਹਾ ਛੱਡ ਕੇ ਅਤੇ ਆਪਸ਼ਨ ਇਸ ਤਰ੍ਹਾਂ ਦੇ ਦਿੱਤੇ ਜਾਣ। ਠੀਕ ਹੈ, ਸੋ ਜਿਹੜੇ ਆਪਸ਼ਨ ਬੀ ਦੇ ਨਾਲ ਜਾ ਰਹੇ ਆ, ਠੀਕ ਹੈ। ਕੁਐਸਚਨ ਨੰਬਰ 4 ਦੇ ਵੱਲ ਵੱਧਦੇ ਹਾਂ ਜੀ। ਸਿੱਧ ਮਤ ਤੋਂ ਹੀ ਨਾਥ ਮਤ ਦਾ ਨਿਕਾਸ ਹੋਇਆ ਹੈ, ਇਸ ਦੇ ਮੋਢੀ ਕੌਣ ਸਨ? ਹਾਂਜੀ, ਨਾਥ ਮਤ ਤੋਂ ਪਹਿਲਾਂ ਸਿੱਧ ਮਤ ਇੱਕ ਚੱਲਦਾ ਸੀ। ਠੀਕ ਹੈ, ਜਿਹਦੇ ਵਿੱਚ ਇਸ ਦੇ ਮੋਢੀ, ਜੋ ਨਾਥ ਮਤ ਦੇ ਮੋਢੀ ਮੰਨੇ ਜਾਂਦੇ, ਉਹਨਾਂ ਨੂੰ ਸ਼ਾਮਿਲ ਕੀਤਾ ਜਾਂਦਾ ਸੀ। ਠੀਕ ਹੈ, ਸੋ ਨਾਥ ਮਤ ਦੇ ਇੱਥੇ ਮੋਢੀ ਪੁੱਛੇ ਗਏ ਆ। ਈਜ਼ੀ ਕੁਐਸਚਨ ਆ, ਕੋਈ ਔਖਾ ਨਹੀਂ ਹੈ, ਕਰੋ ਜੀ ਆਂਸਰ ਜੀ। ਜਿਨ੍ਹਾਂ ਨੇ ਆਪਸ਼ਨ ਏ ਆਂਸਰ ਕੀਤਾ ਜੀ, ਗੋਰਖਨਾਥ, ਬਿਲਕੁਲ ਠੀਕ ਆ। ਦਿੱਤੇ ਗਏ ਆਪਸ਼ਨ ਦੇ ਵਿੱਚ ਤੁਸੀਂ ਬੜੀ ਆਸਾਨੀ ਨਾਲ ਗੈਸ ਲਗਾ ਸਕਦੇ ਹੋ ਕਿ ਸਭ ਤੋਂ ਪਹਿਲਾਂ ਗੋਰਖਨਾਥ ਹੋਏ ਆ। ਠੀਕ ਹੈ, ਸੋ ਗੋਰਖਨਾਥ ਆ ਜਿਹੜੇ, ਉਹਨਾਂ ਨੂੰ ਸਿੱਧਾਂ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਸੀ। 84 ਸਿੱਧ ਕਹੇ ਜਾਂਦੇ, ਸੁਣੇ ਜਾਂਦੇ ਆ। ਠੀਕ ਹੈ ਜੀ, ਸੋ ਉਹਨਾਂ ਦੇ ਵਿੱਚ ਗੋਰਖਨਾਥ ਨੂੰ ਸ਼ਾਮਿਲ ਕੀਤਾ ਜਾਂਦਾ ਸੀ। ਉਹਦੇ ਵਿੱਚ ਕੁਝ ਖਾਮੀਆਂ ਆਉਣ ਕਰਕੇ ਇਹਨਾਂ ਨੇ ਆਪਣਾ ਇੱਕ ਵੱਖਰਾ ਰਾਹ ਬਣਾ ਲਿਆ ਸੀ। ਠੀਕ ਹੈ, ਸੋ ਇੱਕ ਵੱਖਰਾ ਕਹਿ ਲਓ ਵੀ ਪੰਥ ਜਾਂ ਇੱਕ ਮਤ ਨਿਕਲਿਆ, ਜਿਸ ਨੂੰ ਨਾਥ ਮਤ ਦਾ ਨਾਂ ਦਿੱਤਾ ਗਿਆ। ਠੀਕ ਹੈ, ਕੁਐਸਚਨ ਨੰਬਰ 5 ਹੈ ਜੀ, ਗੋਰਖਨਾਥ ਦੀ ਬਾਣੀ ਦੇ ਰੂਪ ਹਨ, ਸਲੋਕ ਜਾਂ ਸਾਖੀਆਂ, ਪਦ ਜਾਂ ਸ਼ਬਦ, ਅਤੇ ਸਪਤਵਾਰ, 15 ਤਿਥ, ਗਿਆਨ ਚੌਥੀ ਅਤੇ 9 ਗ੍ਰਹਿ, ਅਤੇ ਡੀ ਹੈ ਜੀ ਉਪਰੋਕਤ ਸਾਰੇ। ਸਹੀ ਉੱਤਰ 5 ਨੰਬਰ ਦੇ ਲਈ ਕਰੋ ਜੀ। ਪ੍ਰਸ਼ਨ ਨੰਬਰ 5 ਦੇ ਲਈ ਸਹੀ ਉੱਤਰ ਚੁਣਿਆ ਜਾਵੇ, ਗੋਰਖਨਾਥ ਜੀ ਦੀ ਬਾਣੀ ਦੇ ਰੂਪ ਪੁੱਛੇ ਗਏ ਆ, ਕਿਹੜੇ ਕਿਹੜੇ ਆ ਜੀ? ਦਿੱਤੇ ਗਏ ਆਪਸ਼ਨ ਦੇ ਵਿੱਚ ਸਾਰੇ ਦੇ ਸਾਰੇ ਹੀ ਰੂਪ ਗੁਰੂ ਗੋਰਖਨਾਥ ਜੀ ਦੀ ਬਾਣੀ ਦੇ ਨੇ। ਸੋ ਜਿਹੜੇ ਆਂਸਰ ਕਰ ਰਹੇ ਨੇ, ਆਪਸ਼ਨ ਡੀ ਬਿਲਕੁਲ ਠੀਕ ਆ। ਕੁਐਸਚਨ ਨੰਬਰ 6 ਦੇ ਵੱਲ ਵੱਧਦੇ ਹਾਂ।
6 ਨੰਬਰ ਹੈ ਫੋਕਟ ਆਏ ਫੋਕਟ ਜਾਈ, ਫੋਕਟ ਬੋਲੇ ਫੋਕਟ ਥਾਈ, ਫੋਕਟ ਬੈਠਾ ਕਹੇ ਵਿਵਾਦ। ਇਹ ਜਿਹੜੀਆਂ 17 ਨੇ ਇਹ ਕਿਸ ਦੀਆਂ ਨੇ? ਆਪਸ਼ਨ ਹੈ ਗੋਰਖਨਾਥ, ਬੀ ਚਰਪਟਨਾਥ, ਸੀ ਚਰੰਗੀਨਾਥ ਅਤੇ ਡੀ ਰਤਨਨਾਥ। ਪ੍ਰਸ਼ਨ ਨੰਬਰ 6 ਦੇ ਲਈ ਆਂਸਰ ਕਰੋ ਜੀ। ਹਾਂਜੀ 6 ਨੰਬਰ ਦੇ ਲਈ ਸਹੀ ਆਂਸਰ ਕਰਿਆ ਜਾਵੇ। ਪ੍ਰਸ਼ਨ ਨੰਬਰ 6 ਦੇ ਲਈ ਆਂਸਰ ਕਰੋ ਜੀ। ਪ੍ਰਸ਼ਨ ਨੰਬਰ 6 ਦੇ ਲਈ ਜਿਹੜੇ ਆਂਸਰ ਕਰ ਰਹੇ ਨੇ ਜੀ, ਚਰਪਟਨਾਥ। ਹਾਂਜੀ ਇਹ ਜਿਹੜੀਆਂ 17 ਨੇ ਇਹ ਵੀ ਚਰਪਟਨਾਥ ਜੀ ਦੀਆਂ ਨੇ, ਸੋ ਆਪਸ਼ਨ ਬੀ ਵਾਲੇ ਠੀਕ ਨੇ, ਬਾਕੀ ਕਰਨ ਜੀ ਨੋਟ ਡਾਊਨ। ਕੁਐਸਚਨ ਨੰਬਰ 7, 7 ਨੰਬਰ ਹੈ ਜੀ, ਕੇਸਨਾਥ ਨੂੰ ਪਖੰਡੀ ਸੰਪਰਦਾਇ ਦਾ ਜੋਗੀ ਕਿਹਾ ਜਾਂਦਾ ਹੈ? ਸੋ ਆਪਸ਼ਨ ਏ ਹੈ ਜੀ ਗੋਰਖਨਾਥ, ਬੀ ਚਰਪਟਨਾਥ, ਸੀ ਚਰੰਗੀਨਾਥ ਅਤੇ ਡੀ ਰਤਨਨਾਥ। 7 ਨੰਬਰ ਦੇ ਲਈ ਆਂਸਰ ਕਰੋ। ਇਸ ਤੋਂ ਇਲਾਵਾ ਇੱਥੇ ਪਖੰਡੀ ਜਿਹੜਾ ਸ਼ਬਦ ਵਰਤਿਆ ਗਿਆ ਹੈ ਉਹ ਪਖੰਡ ਮਤਲਬ ਕਿ ਬਨਾਵਟੀਪਣ ਦੇ ਲਈ ਨਹੀਂ ਵਰਤਿਆ, ਠੀਕ ਹੈ, ਉਹ ਅਸਲ 'ਚ ਨਾਸਤਿਕਤਾ ਦੇ ਲਈ ਵਰਤਿਆ ਗਿਆ ਜੀ। ਹਾਂਜੀ ਨਾਸਤਿਕਤਾ ਦੇ ਲਈ ਵਰਤਿਆ ਗਿਆ ਇੱਥੇ ਪਖੰਡੀ ਸ਼ਬਦ, ਠੀਕ ਹੈ ਜੀ। ਠੀਕ ਹੈ ਜੀ ਚਰਪਟਨਾਥ ਜਿਨ੍ਹਾਂ ਨੇ ਆਂਸਰ ਕਰਿਆ, ਚਰਪਟਨਾਥ ਅਸਲ 'ਚ ਨਾਸਤਿਕਤਾ ਬਾਰੇ ਕਹਿੰਦੇ ਆ ਕਿ ਅਸਲ 'ਚ ਨਾਸਤਿਕ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਰੱਬ ਨੂੰ ਨਾ ਮੰਨਣਾ ਨਾਸਤਿਕ ਨਹੀਂ ਹੁੰਦਾ, ਠੀਕ ਹੈ। ਅਸਲ ਦੇ ਵਿੱਚ ਆਪਣੇ ਸਰੀਰ ਦੇ ਅੰਦਰੋਂ ਹੀ ਬੁਰਿਆਈਆਂ ਨੂੰ ਕੱਢ ਦੇਣਾ, ਉਹ ਉਸ ਤਰ੍ਹਾਂ ਦਾ ਨਾਸਤਿਕ ਬਣਨ ਲਈ ਕਹਿੰਦੇ ਆ, ਠੀਕ ਹੈ ਜੀ। ਅਤੇ ਇਹ ਜਿਹੜਾ ਇਹ ਜਿਹੜੀਆਂ 17 ਮਿਲਦੀਆਂ ਨੇ ਪ੍ਰਾਣ ਸੰਗਲੀ ਦੇ ਵਿੱਚ, ਅਤੇ 17 ਤੁਹਾਡੇ ਸਾਹਮਣੇ ਦਿੱਤੀਆਂ ਗਈਆਂ ਨੇ, ਅਤੇ ਜਿਨ੍ਹਾਂ ਦਾ ਸੰਬੰਧ ਗੁਰੂ ਨਾਨਕ ਦੇਵ ਜੀ ਦੇ ਨਾਲ ਵੀ ਜੋੜਿਆ ਜਾਂਦਾ। ਕੁਛ ਕਹਿੰਦੇ ਆ ਕਿ ਇਹ ਜਿਹੜੀਆਂ 17 ਨੇ ਗੁਰੂ ਨਾਨਕ ਦੇਵ ਜੀ ਦੀਆਂ ਨੇ, ਠੀਕ ਹੈ ਜੀ। ਕੁਐਸਚਨ ਨੰਬਰ 8 ਦੇ ਵੱਲ ਵੱਧਦੇ ਹਾਂ ਜੀ। 8 ਨੰਬਰ ਏ, ਕਿਹੜਾ ਕਥਨ ਗਲਤ ਹੈ? ਆਪਸ਼ਨ ਏ, ਨਾਦ ਜੋਗੀਆਂ ਦੀ ਕਵਿਤਾ ਪੰਜਾਬੀ ਦੀ ਧਰਤੀ ਦੀ ਕਵਿਤਾ ਹੈ ਜਾਂ ਪੰਜਾਬ ਦੀ ਧਰਤੀ ਦੀ ਕਵਿਤਾ ਹੈ। ਬੀ ਹੈ, ਨਾਥ ਜੋਗੀਆਂ ਦੀ ਕਵਿਤਾ ਵਿੱਚ ਅਪਭ੍ਰੰਸ਼ ਦੀ ਰੰਗਣ ਹੈ। ਸੀ ਹੈ, ਨਾਥ ਜੋਗੀ ਸਾਹਿਤ ਵਿੱਚ ਹਿੰਦੀ ਅਤੇ ਸੰਸਕ੍ਰਿਤ ਦੀ ਭਰਮਾਰ ਹੈ। ਡੀ ਆਪਸ਼ਨ ਹੈ, ਇਸਤਰੀ ਪ੍ਰਤੀ ਨਾਥ ਜੋਗੀ ਅਤੇ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਮੇਲ ਖਾਂਦੇ ਹਨ। 8 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਕਿ ਦਿੱਤੇ ਗਏ ਕਥਨਾਂ ਦੇ ਵਿੱਚੋਂ ਕਿਹੜਾ ਕਥਨ ਗਲਤ ਹੈ। ਹਾਂਜੀ ਕਰੋ ਜੀ ਆਂਸਰ ਕੁਐਸਚਨ ਨੰਬਰ 8 ਦੇ ਲਈ। ਈਜ਼ੀ ਹੈ ਬਿਲਕੁਲ, ਕੋਈ ਔਖਾ ਨਹੀਂ ਹੈ ਜੀ। ਡੀ ਆਪਸ਼ਨ ਆਂਸਰ ਕਰਨ ਵਾਲੇ ਸਾਰੇ ਠੀਕ ਨੇ, ਉਹਦਾ ਕਾਰਨ ਤੁਹਾਨੂੰ ਸਭ ਨੇ ਪੜ੍ਹਿਆ ਹੀ ਹੈ ਸਭ ਵੀ, ਜਿਹੜੇ ਗੁਰੂ ਗੋਰਖਨਾਥ ਨੇ ਉਹ ਕਹਿੰਦੇ ਨੇ ਇਸਤਰੀ ਨੂੰ ਬਾਗਣ, ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ, ਠੀਕ ਹੈ। ਸੋ ਓਪੋਜਿਟ ਵਿਚਾਰ ਨੇ, ਮੇਲ ਨਹੀਂ ਖਾਂਦੇ, ਠੀਕ ਹੈ, ਇਸ ਕਰਕੇ ਆਪਸ਼ਨ ਡੀ ਕੁਰੈਕਟ ਆਂਸਰ ਹੋਵੇਗਾ। ਕੁਐਸਚਨ ਨੰਬਰ 9 ਨੰਬਰ ਜੀ, ਕਿਹੜਾ ਕਥਨ ਸਹੀ ਹੈ? ਆਪਸ਼ਨ ਏ, ਨਾਥ ਜੋਗੀਆਂ ਨੇ ਆਪਣੀ ਬਾਣੀ ਵਿੱਚ ਆਪਣੇ ਧਰਮ ਦੀ ਵਿਆਖਿਆ ਕੀਤੀ ਹੈ। ਬੀ, ਗੁਰਬਾਣੀ ਅਤੇ ਚਰਪਟਨਾਥ ਦੀ ਬਾਣੀ ਭੇਖ ਦਾ ਖੰਡਨ ਕਰਦੀ ਹੈ। ਸੀ, ਨਾਥ ਜੋਗੀਆਂ ਦੀ ਬਾਣੀ ਵਿੱਚ ਬੁੱਧ ਅਤੇ ਸਿੱਧ ਪਰੰਪਰਾ ਦੇ ਅਨੇਕਾਂ ਸੰਕਲਪੀ ਸ਼ਬਦਾਂ ਨੂੰ ਵਰਤਿਆ ਗਿਆ ਹੈ। ਡੀ ਉਪਰੋਕਤ ਸਾਰੇ। ਸਹੀ ਉੱਤਰ 9 ਨੰਬਰ ਦੇ ਲਈ ਕਰੋ ਜੀ। ਹਾਂਜੀ ਕੁਐਸਚਨ ਨੰਬਰ 9 ਦੇ ਲਈ ਆਂਸਰ ਕਰਿਆ ਜਾਵੇ। ਇੱਥੇ ਸਹੀ ਕਥਨ ਚੁਣਨਾ ਜੀ,
ਇਸ ਤਰ੍ਹਾਂ ਦੇ ਪ੍ਰਸ਼ਨ ਤੁਹਾਨੂੰ UGC ਨੈੱਟ ਦੇ ਵਿੱਚ ਵੇਖਣ ਨੂੰ ਮਿਲ ਸਕਦੇ ਨੇ। ਹੋ ਸਕਦਾ ਕਿ ਮਾਸਟਰ ਕੈਡਟ ਦੇ ਵਿੱਚ ਵੀ ਮੈਂ ਤਾਂ ਲਾਈਨਾਂ ਲੰਮੀਆਂ ਪਾਤੀਆਂ, ਲੰਮੀਆਂ ਲਾਈਨਾਂ ਪਾਉਣ ਦਾ ਰੀਜ਼ਨ ਇਹ ਹੈ ਕਿ ਤੁਹਾਨੂੰ ਪੂਰੀ ਗੱਲ ਕਲੀਅਰ ਹੋ ਜਾਵੇ, ਠੀਕ ਹੈ। ਹੋ ਸਕਦਾ ਕੋਈ ਸ਼ੋਰਟ ਆਪਸ਼ਨ ਪਾ ਕੇ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਕੁਐਸਚਨ ਪੁੱਛ ਲਿਆ ਜਾਵੇ, ਬੀ ਆਨਸਰ ਕੀਤਾ ਜਾ ਰਿਹਾ। ਦੇਖੋ ਗੁਰਬਾਣੀ ਖੰਡਨ ਕਰਦੀ ਹੈ, ਬਿਲਕੁਲ ਠੀਕ ਹੈ, ਭੇਖ ਦਾ। ਇਸ ਤੋਂ ਇਲਾਵਾ ਚਰਪਟ ਨਾਥ ਵੀ ਖੰਡਨ ਕਰਦੇ ਨੇ ਭੇਖ ਦਾ, ਹਾਂਜੀ। ਸੋ ਇਸ ਕਰਕੇ ਜਿਹੜਾ ਆਪਸ਼ਨ ਆਪਣਾ ਡੀ ਹੈ ਬਿਲਕੁਲ ਠੀਕ ਹੋਵੇਗਾ, ਉਪਰੋਕਤ ਸਹੀ, ਉਪਰੋਕਤ ਸਾਰੇ ਸਹੀ ਆਂਸਰ ਹੋਵੇਗਾ। ਆਪਸ਼ਨ ਡੀ ਵਾਲੇ ਸਾਰੇ ਠੀਕ ਨੇ, ਬਾਕੀ ਕਰਨ ਜੀ ਨੋਟ ਡਾਊਨ। ਕੁਐਸਚਨ ਨੰਬਰ 10 ਹੈ ਜੀ। 10 ਨੰਬਰ ਦੇ ਵਿੱਚ ਵੀ ਪੁੱਛਿਆ ਕਿ ਕਿਹੜਾ ਕਥਨ ਸਹੀ ਹੈ। ਕਥਨ ਪਹਿਲਾ ਜੀ, ਨਾਥ ਜੋਗੀਆਂ ਨੇ ਲੋਕਾਂ ਨੂੰ ਕੁਰੀਤੀਆਂ ਵਿੱਚੋਂ ਬਾਹਰ ਕੱਢਣ ਲਈ ਉਹਨਾਂ ਨੂੰ ਸੰਜਮ ਅਤੇ ਜਤ ਸਤ ਨੂੰ ਕਾਇਮ ਰੱਖਣ ਦਾ ਉਪਦੇਸ਼ ਦਿੱਤਾ। ਬੀ ਹੈ, ਨਾਥ ਜੋਗੀਆਂ ਦੀ ਬਾਣੀ ਪੂਰੀ ਤਰ੍ਹਾਂ ਗੁਰਬਾਣੀ ਦਾ ਵਿਰੋਧ ਕਰਦੀ ਹੈ। ਸੀ ਹੈ, ਨਾਥ ਜੋਗੀਆਂ ਦੀ ਰਚਨਾ ਸਲੋਕਾਂ, ਦੋਹਿਆਂ ਅਤੇ ਸ਼ਬਦਾਂ ਦੇ ਰੂਪ ਵਿੱਚ ਮਿਲਦੀ ਹੈ। ਡੀ ਹੈ, ਨਾਥ ਜੋਗੀਆਂ ਨੇ ਗ੍ਰਹਿਸਥ ਜੀਵਨ ਨੂੰ ਨੈਤਿਕ ਗਿਰਾਵਟ ਦਾ ਕਾਰਨ ਮੰਨਿਆ ਹੈ। ਇਹਦੇ ਵਿੱਚ ਕਿਹੜਾ ਕਥਨ ਸਹੀ ਹੈ? ਸਹੀ ਉੱਤਰ ਚੁਣਿਆ ਜਾਵੇ ਜੀ। ਹਾਂਜੀ, ਇੱਥੇ ਗਲਤ ਹੋ ਗਿਆ ਜੀ, ਇੱਥੇ ਗਲਤ ਆਪਸ਼ਨ ਆਉਣਾ ਸੀ, ਸਹੀ ਦੀ ਥਾਂ 'ਤੇ ਗਲਤ ਆਉਣਾ ਸੀ ਇਸ ਕੁਐਸਚਨ ਜੀ, ਬਾਈ ਮਿਸਟੇਕ ਇੱਥੇ ਸਹੀ ਲਿਖਿਆ ਗਿਆ। ਕਿਹੜਾ ਕਥਨ ਗਲਤ ਹੈ? ਧਿਆਨਪੂਰਵਕ ਪਲੀਜ਼ ਆਨਸਰ ਕੁਐਸਚਨ ਸੁਣਿਆ ਜਾਵੇ, ਕਿਹੜਾ ਕਥਨ ਗਲਤ ਹੈ? ਤਿੰਨ ਕਥਨ ਇਹਦੇ 'ਚ ਸਹੀ ਨੇ, ਇੱਕ ਗਲਤ ਹੈ। ਸੋ ਕਿਹੜਾ ਕਥਨ ਗਲਤ ਹੈ ਕੁਐਸਚਨ ਨੂੰ ਮੰਨਿਆ ਜਾਵੇ ਅਤੇ ਆਨਸਰ ਕੀਤਾ ਜਾਵੇ। ਅਗੇਨ ਧਿਆਨਪੂਰਵਕ ਰਿਪੀਟ ਕਰ ਰਿਹਾ ਕਿ ਕਿਹੜਾ ਕਥਨ ਗਲਤ ਹੈ? ਤਿੰਨ ਕਥਨ ਇਹਦੇ 'ਚ ਸਹੀ ਨੇ, ਇੱਕ ਗਲਤ ਹੈ। ਹਾਂਜੀ, ਸੋ ਜਿਹੜੇ ਆਨਸਰ ਕਰ ਰਹੇ ਨੇ ਜੀ, ਜੀ ਬੀ ਆਪਸ਼ਨ ਜਿਹੜੇ ਆਨਸਰ ਕਰ ਰਹੇ ਨੇ ਬਿਲਕੁਲ ਠੀਕ ਹੈ। ਨਾਥ ਜੋਗੀਆਂ ਦੀ ਜੋ ਬਾਣੀ ਹੈ ਗੁਰਬਾਣੀ ਦਾ ਪੂਰੀ ਤਰ੍ਹਾਂ ਵਿਰੋਧ ਨਹੀਂ ਕਰਦੀ, ਠੀਕ ਹੈ। ਕੁਝ ਕੁ ਗੱਲਾਂ ਜ਼ਰੂਰ ਹੈਗੀਆਂ ਨੇ ਜਿਹੜੀਆਂ ਗੁਰਬਾਣੀ ਅਤੇ ਨਾਥ ਜੋਗੀਆਂ ਦੀ ਬਾਣੀ ਜਿਹੜੀ ਹੈ ਆਪਸ 'ਚ ਵਿਰੋਧ ਲੱਗਦਾ ਹੈ ਆਪਸ 'ਚ, ਠੀਕ ਹੈ, ਬਟ ਪੂਰੀ ਤਰ੍ਹਾਂ ਨਹੀਂ ਹੈ, ਠੀਕ ਹੈ। ਸੋ ਕੁਐਸਚਨ ਨੰਬਰ 11 ਦੇ ਲਈ ਆਨਸਰ ਕਰਿਆ ਜਾਵੇ, ਕਿਹੜਾ ਕਥਨ ਸਹੀ ਹੈ? ਹੁਣ ਦੇਖ ਲੈਣ ਦੋ ਕਿ ਇਹ ਵੀ ਕਿਤੇ ਗਲਤ ਤਾਂ ਨਹੀਂ ਪੈ ਗਿਆ ਕੁਐਸਚਨ, ਠੀਕ ਹੈ ਜੀ, ਕੁਐਸਚਨ ਠੀਕ ਹੈ। ਕਿਹੜਾ ਕਥਨ ਸਹੀ ਹੈ? ਆਪਸ਼ਨ ਏ, ਨਾਥ ਜੋਗੀਆਂ ਦੇ ਸਾਹਿਤ ਦੀ ਸੁਰ ਨੈਤਿਕ ਹੈ। ਬੀ, ਨਾਥ ਜੋਗੀ ਬਹੁਦੇਵਵਾਦ ਵਿੱਚ ਯਕੀਨ ਰੱਖਦੇ ਸਨ। ਸੀ, ਨਾਥ ਜੋਗੀ ਨਾਸਤਕ ਹਨ, ਨਾਸਤਕ ਸਨ। ਅਤੇ ਡੀ ਹੈ ਜੀ, ਨਾਥ ਜੋਗੀਆਂ ਅਨੁਸਾਰ ਪਰਮਾਤਮਾ ਦੇ ਕਈ ਰੂਪ ਹਨ। ਇਹਦੇ ਵਿੱਚੋਂ ਇੱਕ ਆਪਸ਼ਨ ਸਹੀ ਹੈ, ਉਹ ਕਿਹੜਾ ਕਥਨ ਹੈ ਜਿਹੜਾ ਸਹੀ ਹੈ? ਹਾਂਜੀ, ਨਾਥ ਜੋਗੀਆਂ ਸਾਹਿਤ ਦੀ ਸੁਰ ਨੈਤਿਕ ਹੈ। ਨਾਥ ਜੋਗੀ ਬਹੁਦੇਵਵਾਦ ਵਿੱਚ ਯਕੀਨ ਰੱਖਦੇ ਸਨ। ਨਾਥ ਜੋਗੀ ਨਾਸਤਕ ਸਨ। ਨਾਥ ਜੋਗੀਆਂ ਅਨੁਸਾਰ ਪਰਮਾਤਮਾ ਦੇ ਕਈ ਰੂਪ। ਹਾਂਜੀ, ਆਨਸਰ ਕਰੋ ਕੁਐਸਚਨ ਨੰਬਰ 11 ਦੇ ਲਈ ਜੀ। 11 ਨੰਬਰ ਦੇ ਲਈ ਲਗਭਗ ਸਾਰੇ ਹੀ ਗਲਤ ਆਪਸ਼ਨ ਦੇ ਨਾਲ ਜਾ ਰਹੇ ਨੇ। ਸਭ ਨੂੰ ਇਹੀ ਲੱਗ ਰਿਹਾ ਕਿ ਨਾਥ ਜੋਗੀਆਂ ਅਨੁਸਾਰ ਪਰਮਾਤਮਾ ਦੇ ਕਈ ਰੂਪ ਹਨ, ਪਰ ਨਾਥ ਜੋਗੀਆਂ ਦੇ ਅਨੁਸਾਰ ਵੀ ਪਰਮਾਤਮਾ ਇੱਕ ਹੈ ਜੀ। ਹਾਂਜੀ, ਨਾਥ ਜੋਗੀਆਂ ਦੀ ਜਿਹੜੀ ਸਾਹਿਤ ਦੀ ਸੁਰ ਹੈ ਉਹ ਹੈ ਨੈਤਿਕ, ਹਾਂਜੀ, ਸੁਧਾਰਵਾਦੀ ਹੈ, ਠੀਕ ਹੈ ਜੀ। ਸੋ ਜਿਹੜੇ ਆਨਸਰ ਇਹ ਆਪਸ਼ਨ ਕਰ ਰਹੇ ਨੇ ਬਿਲਕੁਲ ਠੀਕ ਹੈ। ਬਾਕੀ ਕਰਨ ਜੀ ਨੋਟ। ਕੁਐਸਚਨ ਨੰਬਰ 12, ਨਾਥ ਜੋਗੀ ਸਾਹਿਤ ਦੀ ਪ੍ਰਾਪਤੀ ਹੈ। ਆਪਸ਼ਨ, ਇਹਨਾਂ ਨੇ ਲੋਕ ਸਾਹਿਤ ਨੂੰ ਬਹੁਤ ਪ੍ਰਫੁੱਲਿਤ ਕੀਤਾ ਹੈ ਅਤੇ ਪੰਜਾਬੀ ਸੱਭਿਆਚਾਰ ਅਤੇ ਸਾਹਿਤ 'ਤੇ ਪ੍ਰਭਾਵ ਪਾਇਆ ਹੈ। ਬੀ ਹੈ,
ਬਹੁਤ ਸਾਰੀ ਆਧੁਨਿਕ ਕਵਿਤਾ ਨਾਥ ਜੋਗੀ ਸਾਹਿਤ ਤੋਂ ਆਧਾਰ ਬਣਾ ਕੇ ਲਿਖੀ ਜਾਂਦੀ ਹੈ, ਆਧੁਨਿਕ ਕਵਿਤਾ ਯਾਨੀ ਕਿ ਅੱਜ ਕੱਲ੍ਹ ਲਿਖੀ ਜਾਂਦੀ ਹੈ। ਠੀਕ ਹੈ, ਸੀ ਆਪਸ਼ਨ ਆ ਪੰਜਾਬੀ ਕਿੱਸਿਆਂ ਵਿੱਚ ਨਾਥ ਜੋਗੀਆਂ ਦਾ ਜ਼ਿਕਰ ਆਉਂਦਾ ਹੈ, ਅਤੇ ਡੀ ਆਪਸ਼ਨ ਆ ਉਪਰੋਕਤ ਸਾਰੀਆਂ। ਸਹੀ ਉੱਤਰ 12 ਨੰਬਰ ਦੇ ਕਰੋ। ਇਸ ਤਰ੍ਹਾਂ ਦੇ ਪ੍ਰਸ਼ਨਾਂ ਨੂੰ ਗੈਸ ਕਰਨ ਦੇ ਲਈ ਇੱਕ ਈਜ਼ੀ ਤਰੀਕਾ ਇਹ ਹੈ ਕਿ ਜੇ ਉਪਰੋਕਤ ਸਾਰੀਆਂ ਆਪਸ਼ਨ ਦੇ ਵਿੱਚ ਦਿੱਤਾ ਹੋਇਆ ਤਾਂ ਦੇਖੋ, ਕਈ ਵਾਰੀ ਹੁੰਦਾ ਤਿੰਨੇ ਆਪਾਂ ਨੂੰ ਨਹੀਂ ਪਤਾ ਹੁੰਦਾ, ਬਾਕੀ ਤਿੰਨ ਘੱਟੋ ਘੱਟ ਦੋ ਤਾਂ ਪਤਾ ਹੁੰਦਾ। ਠੀਕ ਹੈ, ਸੋ ਜੇਕਰ ਦੋ ਤੁਹਾਨੂੰ ਪਤਾ ਲੱਗ ਜਾਂਦੀਆਂ ਨੇ, ਜਿਵੇਂ ਕਿ ਬਹੁਤ ਸਾਰੀ ਆਧੁਨਿਕ ਕਵਿਤਾ ਨਾਥ ਜੋਗੀ ਸਾਹਿਤ ਨੂੰ ਆਧਾਰ ਬਣਾ ਕੇ ਲਿਖੀ ਜਾਂਦੀ ਹੈ, ਲਿਖਦੇ ਅੱਜ ਕੱਲ੍ਹ ਰਾਈਟਰ, ਇਹ ਸਭ ਨੂੰ ਹੀ ਪਤਾ ਹੈ ਲਗਭਗ। ਠੀਕ ਹੈ, ਪੰਜਾਬੀ ਕਿੱਸਿਆਂ ਦੇ ਵਿੱਚ ਵੀ ਨਾਥ ਜੋਗੀਆਂ ਦਾ ਜ਼ਿਕਰ ਆਉਂਦਾ, ਦੋਵੇਂ ਸਹੀ ਆ। ਇਹ ਮੀਨਸ ਕਿ ਤੀਜਾ ਵੀ ਸਹੀ ਹੋਣ ਦੇ ਚਾਂਸਿਸ ਕਾਫੀ ਜ਼ਿਆਦਾ ਵੱਧ ਜਾਂਦੇ ਨੇ। ਸੋ ਆਪਸ਼ਨ ਡੀ ਆਂਸਰ ਜਿਨ੍ਹਾਂ ਨੇ ਕਰਿਆ ਬਿਲਕੁਲ ਠੀਕ ਹੈ। ਬਾਕੀ ਨੋਟ ਕਰ ਲਈਏ। ਕੁਐਸਚਨ ਨੰਬਰ 13, ਜੋਗੀਆਂ ਦੇ ਰਚੇ ਸਾਹਿਤ ਸਦਕਾ ਪੰਜਾਬੀ ਭਾਸ਼ਾ ਦੀ ਉਤਪਤੀ ਦੀ ਪ੍ਰਾਚੀਨਤਾ ਅਤੇ ਕਵਿਤਾ ਦੀ ਅਨੁਪਮਤਾ ਦਾ ਗਿਆਨ ਹੁੰਦਾ ਹੈ, ਇਹ ਕਥਨ ਕਿਸ ਵਿਦਵਾਨ ਦਾ ਹੈ? ਆਪਸ਼ਨ ਏ ਕਿਰਪਾਲ ਸਿੰਘ ਕਸੇਲ, ਬੀ ਜੀਤ ਸਿੰਘ ਸ਼ੀਤਲ ਸੀ, ਡਾਕਟਰ ਰਾਧਾ ਕ੍ਰਿਸ਼ਨ, ਅਤੇ ਬੀ ਡਾਕਟਰ ਮੋਹਨ ਸਿੰਘ ਦੀਵਾਨਾ। ਕੁਐਸਚਨ ਨੰਬਰ 13 ਲਈ ਆਂਸਰ ਕਰੋ ਜੀ। ਹਾਂਜੀ, ਪ੍ਰਸ਼ਨ ਨੰਬਰ 13 ਦੇ ਲਈ ਆਂਸਰ ਕਰਿਆ ਜਾਵੇ, ਜੋਗੀਆਂ ਦੇ ਰਚੇ ਸਾਹਿਤ ਸਦਕਾ ਪੰਜਾਬੀ ਭਾਸ਼ਾ ਦੀ ਉਤਪਤੀ ਦੀ ਪ੍ਰਾਚੀਨਤਾ ਅਤੇ ਕਵਿਤਾ ਦੀ ਅਨੁਪਮਤਾ ਦਾ ਗਿਆਨ ਹੁੰਦਾ ਹੈ, ਇਹ ਕਥਨ ਆ ਜੀ ਕਿਰਪਾਲ ਸਿੰਘ ਕਸੇਲ ਜੀ ਦਾ। ਸੋ ਜਿਨ੍ਹਾਂ ਨੇ ਆਂਸਰ ਏ ਕੀਤਾ ਬਿਲਕੁਲ ਠੀਕ ਨੇ, ਬਾਕੀ ਕਰਨ ਜੀ ਨੋਟ। ਕੁਐਸਚਨ ਨੰਬਰ 14 ਨੰਬਰ ਜੀ, ਯੋਗ ਮਨੁੱਖ ਨੂੰ ਉਹਨਾਂ ਦੀਆਂ ਇੱਛਾਵਾਂ 'ਤੇ ਕਾਬੂ ਰੱਖਣ ਦੇ ਸਮਰੱਥ ਬਣਾਉਂਦਾ ਹੈ ਜਿਹੜੀਆਂ ਉਸ ਰਸਤੇ ਵਿੱਚ ਰੁਕਾਵਟ ਪਾਉਂਦੀਆਂ ਹਨ। ਹਾਂਜੀ, ਯੋਗ ਕੀ ਹੈ? ਮਨੁੱਖ ਨੂੰ ਉਹਨਾਂ ਦੀਆਂ ਇੱਛਾਵਾਂ 'ਤੇ ਕਾਬੂ ਰੱਖਣ 'ਤੇ ਸਮਰੱਥ ਬਣਾਉਂਦਾ ਹੈ ਜਿਹੜੀਆਂ ਉਸਨੂੰ ਉਸ ਰਸਤੇ ਵਿੱਚ ਰੁਕਾਵਟ ਬਣਾਉਂਦੀਆਂ ਹਨ। ਇਹ ਜਿਹੜਾ ਕਥਨ ਹੈ ਇਹ ਕਿਸ ਦਾ ਹੈ? ਆਪਸ਼ਨ ਕਿਰਪਾਲ ਸਿੰਘ ਕਸੇਲ, ਬੀ ਜੀਤ ਸਿੰਘ ਸ਼ੀਤਲ, ਸੀ ਡਾਕਟਰ ਰਾਧਾ ਕ੍ਰਿਸ਼ਨ, ਅਤੇ ਡੀ ਡਾਕਟਰ ਮੋਹਨ ਸਿੰਘ ਦੀਵਾਨਾ। ਪ੍ਰਸ਼ਨ ਨੰਬਰ 14 ਲਈ ਆਂਸਰ ਕਰੋ ਜੀ। 14 ਲਈ ਜਿਨ੍ਹਾਂ ਨੇ ਆਂਸਰ ਕੀਤਾ ਜੀ ਸੀ ਆਪਸ਼ਨ ਡਾਕਟਰ ਰਾਧਾ ਕ੍ਰਿਸ਼ਨ, ਹਾਂਜੀ ਬਿਲਕੁਲ ਠੀਕ ਹੋਵੇਗਾ, ਬਾਕੀ ਨੋਟ ਡਾਊਨ ਕਰਨ ਜੀ। ਕੁਐਸਚਨ ਨੰਬਰ 15 ਦੇ ਵੱਲ ਵੱਧਦੇ ਹਾਂ ਜੀ, ਕਾਫੀ ਪ੍ਰਸ਼ਨ ਜਿਹੜੇ ਆ ਵਿਕੀਪੀਡੀਆ 'ਚੋਂ ਬਣੇ ਹੋਏ ਆ। ਠੀਕ ਹੈ ਜੀ, ਹਾਂਜੀ ਨਵੇਂ ਕੁਐਸਚਨ ਨਾ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਵਿਕੀਪੀਡੀਆ 'ਚ ਵੀ ਕਾਫੀ ਕੁਐਸਚਨ ਹੁੰਦੇ ਆ, ਪਰ ਇਸ ਗੱਲ ਦਾ ਧਿਆਨ ਰੱਖਣਾ ਹੁੰਦਾ ਕਿ ਕੁਐਸਚਨ ਗਲਤ ਨਾ ਹੋਣ। ਠੀਕ ਹੈ ਜੀ, ਕਿਉਂਕਿ ਕਈ ਵਾਰੀ ਵਿਕੀਪੀਡੀਆ 'ਤੇ ਜਿਹੜੀ ਇਨਫੋਰਮੇਸ਼ਨ ਹੁੰਦੀ ਆ ਉਹ ਆਪਣੇ ਵਰਗੇ ਕੋਈ ਐਡਿਟ ਕਰ ਦਿੰਦੇ ਹੁੰਦੇ ਆ, ਕਦੀ ਕਦਾਈ ਗੱਲ ਪੂਰੀ ਪਤਾ ਨਹੀਂ ਵੀ ਹੁੰਦੀ ਆ, ਜਾਂ ਫਿਰ ਕਈ ਗਲਤ ਸੋਰਸ ਤੋਂ ਪੜ੍ਹ ਲਿਆ ਜਾਂਦਾ ਕੰਟੈਂਟ, ਉਹੀ ਮੈਂਸ਼ਨ ਕਰ ਦਿੱਤਾ ਜਾਂਦਾ। ਹਾਂਜੀ, 15 ਨੰਬਰ ਕੁਐਸਚਨ ਹੈ, ਸ਼ੋਰਖ ਉਪਨਿਸ਼ਦਾਂ ਵਾਰਤਕ ਨਾਂ ਦੀ ਇੱਕ ਪੁਸਤਕ ਹੈ, ਇਸ ਦਾ ਸੰਬੰਧ ਕਿਸ ਦੇ ਨਾਲ ਜੋੜਿਆ ਜਾਂਦਾ ਹੈ? ਆਪਸ਼ਨ ਏ ਗੋਰਖਨਾਥ, ਬੀ ਚਰਪਟਨਾਥ, ਸੀ ਚਰੰਗੀਨਾਥ, ਅਤੇ ਡੀ ਰਤਨਨਾਥ। ਕੁਐਸਚਨ ਨੰਬਰ 15 ਲਈ ਆਂਸਰ ਕਰੋ ਜੀ। 15 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਹਾਂਜੀ, ਪ੍ਰਸ਼ਨ ਨੰਬਰ 15 ਦੇ ਲਈ ਆਂਸਰ ਕਰੋ, ਇਸ ਦਾ ਸੰਬੰਧ ਜੋੜਿਆ ਜਾਂਦਾ ਜੀ ਗੋਰਖਨਾਥ ਜੀ ਦੇ ਨਾਲ। ਆਪਸ਼ਨ ਏ ਜਿਨ੍ਹਾਂ ਨੇ ਆਂਸਰ ਕੀਤਾ ਬਿਲਕੁਲ ਠੀਕ ਹੈ। ਕੁਐਸਚਨ ਨੰਬਰ 16 ਦੇ ਵੱਲ ਵੱਧਦੇ ਹਾਂ, ਜਿਸ ਕਾ ਕਾਮ ਉਸੀ ਕੋ ਸਾਜੇ ਔਰ ਕਹੇ ਤੋ ਠੀਕਾ ਬਾਜੇ, ਡੈਸ਼ ਕਹੇ ਇਹ ਅਚਰਜ ਦੇਖ, ਕਣਕ ਕਾਮਣੀ ਮੇਲਿਆ ਲੇਖ। ਹੁਣ ਡੈਸ਼ ਦੇ ਵਿੱਚ ਖਾਲੀ ਥਾਂ ਨੂੰ ਭਰਨਾ ਜੀ, ਠੀਕ ਹੈ ਜੀ।
16 ਨੰਬਰ ਕੁਐਸਚਨ ਤੁਹਾਡਾ ਇੱਕ ਤਾਂ ਇਸ ਤਰੀਕੇ ਨਾਲ ਪੁੱਛਿਆ ਜਾ ਸਕਦਾ ਅਤੇ ਦੂਸਰਾ ਪੁੱਛਿਆ ਜਾ ਸਕਦਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਿਹਦੇ ਵਿੱਚ ਮੈਂਸ਼ਨ ਹੋ ਗਿਆ ਸੀ ਨਾ, ਠੀਕ ਹੈ, ਕਿ ਸਿਰਫ 17 ਉੱਪਰਲੀਆਂ ਦੋ ਦੇ ਦੇਣ ਕਿ ਜਿਸ ਕਾ ਕੰਮ ਉਸੀ ਕੋ ਸਾਜੇ ਔਰ ਕਹੇ ਤੋਂ ਠੀਕ ਹੈ ਬਾਜ, ਇਹ 17 ਕਿਸ ਦੀਆਂ ਨੇ। ਇਹ ਦੂਜਾ ਤਰੀਕਾ ਹੈ ਕੁਐਸਚਨ ਪੁੱਛਣ ਦਾ, ਠੀਕ ਹੈ, ਅਤੇ ਕਾਫੀ ਚਾਂਸਿਸ ਨੇ, ਬਹੁਤ ਹੀ ਫੇਮਸ ਜਿਹਾ ਕੁਐਸਚਨ ਹੈ, ਠੀਕ ਹੈ। ਸੀ ਆਪਸ਼ਨ ਜਿਹੜੇ ਆਂਸਰ ਕਰ ਰਹੇ ਨੇ ਚਰਪਟ ਨਾ ਤਾਂ ਬਿਲਕੁਲ ਠੀਕ ਹੈ, ਬਾਕੀ ਕਰਨ ਜੀ ਨੋਟ ਡਾਊਨ। ਕੁਐਸਚਨ ਨੰਬਰ 17, ਗੁਰੂ ਹਮਾਰੇ ਗੋਰਖ ਬੋਲੀਏ ਚਰਪਟ ਹੈ ਗੁਰਭਾਈ, ਯਹ ਕੇ ਸ਼ਬਦ ਹਮਕੂ ਗੋਰਖ ਨਾਥ ਕੀਆਂ, ਸੋਵੇ ਲਿਖਿਆ ਮੈਣਾਵੰਤੀ ਮਾਈ ਜੀ। ਸੋ ਇਹ ਜਿਹੜੀਆਂ 17 ਨੇ ਕਿਸ ਦੀਆਂ ਨੇ, ਆਪਸ਼ਨ ਏ ਚਰਪਟ ਨਾਥ, ਬੀ ਚਰੰਗੀ ਨਾਥ, ਸੀ ਰਤਨ ਨਾਥ ਅਤੇ ਡੀ ਗੋਪੀ ਚੰਦ। ਕੁਐਸਚਨ ਨੰਬਰ 17 ਲਈ ਆਂਸਰ ਕਰੋ। ਜੇ ਕਿਸੇ ਨੇ ਮਾੜਾ ਮੋਟਾ ਪੜ੍ਹਿਆ ਇਸ ਇਹਨਾਂ 17 ਦੇ ਬਾਰੇ ਤਾਂ ਜ਼ਰੂਰ ਆਂਸਰ ਪਹਿਲੇ ਝਟਕੇ ਹੀ ਤੁਸੀਂ ਕਰ ਦੋਗੇ, ਬਿਲਕੁਲ ਠੀਕ ਹੈ। ਜਿਹੜੇ ਆਂਸਰ ਕਰ ਰਹੇ ਹਾਂ ਡੀ ਆਪਸ਼ਨ ਗੋਪੀ ਚੰਦ ਜਾਂ ਗੋਪੀ ਨਾਥ, ਠੀਕ ਹੈ ਜੀ। ਕੁਐਸਚਨ ਨੰਬਰ, ਹਾਂਜੀ, ਇਹਨਾਂ ਦੇ ਪਿਤਾ ਦਾ ਨਾਮ ਮਾਣਕ ਚੰਦ ਸੀ। ਕੁਐਸਚਨ ਨੰਬਰ 18 ਨੰਬਰ ਹੈ ਜੀ, ਮਾਲੀ ਲੋ ਸੀਚੇ ਸਜ ਕਿਆਰੀ ਅਨੁਪ ਕਲਾ ਏਕ ਪਾਉਪਨ, ਪਹਿਲੇ ਆਵਗਵਨ ਨਿਵਾਰੀ। ਇਹ ਕਿਸ ਦੀਆਂ 17 ਨੇ? ਇਸ ਤੋਂ ਇਲਾਵਾ ਇਹ 17 ਤੁਹਾਨੂੰ ਮਿਲਣਗੀਆਂ ਇਸ ਤਰੀਕੇ ਨਾਲ, ਮਾਲੀ ਲੋ ਮੁਸਲਿਮ ਲੋ, ਠੀਕ ਹੈ ਜੀ। ਇੱਥੇ ਮਾਲੀ ਲੋ ਲਿਖਿਆ ਮਿਲ ਰਿਹਾ ਤੁਹਾਨੂੰ, ਕਿਸੇ ਕਿਸੇ ਕਿਤਾਬ 'ਚ ਇੱਦਾਂ ਹੀ ਦਿੱਤਾ ਹੋਇਆ ਅਤੇ ਕਿਸੇ 'ਚ ਮਾਲੀ ਲੋ ਮੁਸਲਿਮ ਲੋ ਸੀਚੇ ਸਹਿਜ ਕਿਆਰੀ, ਠੀਕ ਹੈ, ਕਨਫਿਊਜ਼ ਨਹੀਂ ਹੋਣਾ, ਇਹੀ 17 ਨੇ, ਠੀਕ ਹੈ। ਕਿਸ ਦੀਆਂ ਨੇ? ਆਪਸ਼ਨ ਏ ਜਲੰਧਰ ਨਾਥ, ਬੀ ਗੋਰਖ ਨਾਥ, ਸੀ ਚਰਪਟ ਨਾਥ ਅਤੇ ਡੀ ਚਰੰਗੀ ਨਾਥ। 18 ਨੰਬਰ ਦੇ ਲਈ ਆਂਸਰ ਕਰੋ ਜੀ। ਕੁਐਸਚਨ ਨੰਬਰ 18 ਦੇ ਲਈ ਜੀ, 18 ਲਈ ਜਿਹੜੇ ਆਂਸਰ ਕਰ ਰਹੇ ਨੇ ਆਪਸ਼ਨ ਡੀ ਚਰੰਗੀ ਨਾਥ ਜੀ, ਠੀਕ ਆ, ਬਿਲਕੁਲ, ਹਾਂਜੀ, ਜਿਨ੍ਹਾਂ ਨੇ ਆਂਸਰ ਕੀਤਾ ਜੀ ਡੀ। ਇਸ ਤੋਂ ਇਲਾਵਾ ਨੋਟ ਕਰੋ ਕਿ ਇਹਨਾਂ ਦੀ ਜਿਹੜੀ ਰਚਨਾ ਉਹਦੇ 'ਤੇ ਰਾਜਸਥਾਨੀ ਦਾ ਪ੍ਰਭਾਵ ਵਧੇਰੇ ਜਾਪਦਾ ਹੈ। ਅਤੇ ਇੱਥੇ 19 ਨੰਬਰ ਇੱਕ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ, ਕੁਐਸਚਨ ਨਹੀਂ ਬਣਾਇਆ ਇਸ ਨੂੰ। ਪੰਜਾਬੀ ਦੀ ਮੂਲ ਲਿਪੀ ਜਿਹੜੀ ਹੈ ਸਿੱਧ ਮਾਤ੍ਰਿਕਾ ਮੰਨੀ ਜਾਂਦੀ ਹੈ, ਠੀਕ ਹੈ, ਜਾਂ ਜਿਸ ਨੂੰ ਓਨਮ ਸਿੱਧਮ ਵੀ ਕਹਿੰਦੇ ਆ। ਇਹ ਸਿੱਧ ਮਾਤ੍ਰਿਕਾ ਜਾਂ ਓਨਮ ਸਿੱਧਮ ਆ ਜਿਹੜੀ, ਇਹ ਬ੍ਰਹਮੇ ਦੇ ਵਿੱਚੋਂ ਹੀ ਨਿਕਲੀ ਮੰਨੀ ਜਾਂਦੀ ਹੈ, ਠੀਕ ਹੈ ਜੀ। ਇਸ ਤੋਂ ਇਲਾਵਾ ਇੱਥੇ ਇਸ ਨੂੰ ਤੁਹਾਨੂੰ ਨੋਟ ਕਰਵਾਉਣ ਦਾ ਜਾਂ ਤੁਹਾਨੂੰ ਇਹਦੇ ਬਾਰੇ ਦੱਸਣ ਦਾ ਰੀਜ਼ਨ ਇਹ ਹੈ ਕਿ ਜਿਹੜੇ ਨਾਥ ਹੋਏ ਨੇ ਉਹਨਾਂ ਦੀ ਬਾਣੀ 'ਤੇ ਇਸ ਦਾ ਪ੍ਰਭਾਵ ਕਾਫੀ ਜਾਪਦਾ, ਠੀਕ ਹੈ ਜੀ। ਸਿੱਧ ਮਾਤ੍ਰਿਕਾ ਜਾਂ ਓਨਮ ਸਿੱਧਮ ਇਹ ਜਿਹੜੀ ਲਿਪੀ ਹੈ ਇਹ ਲਗਭਗ 6ਵੀਂ 7ਵੀਂ ਸ਼ਤਾਬਦੀ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਸੀ, ਠੀਕ ਹੈ ਜੀ। ਸੋ ਇਸ ਗੱਲ ਨੂੰ ਵੀ ਤੁਸੀਂ ਯਾਦ ਰੱਖਣਾ। ਹਾਂਜੀ, ਸੋ ਅੱਜ ਦੀ ਕਲਾਸ ਹੁੰਦੀ ਜੀ ਇੱਥੇ ਸਮਾਪਤ। ਸੋ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਜਾਣਾ ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲਦਾ ਰਹੇ ਅਤੇ ਤੁਹਾਨੂੰ ਮਿਲਦੇ ਰਹਿਣ ਨਿਊ ਕਲਾਸਿਸ ਦੇ ਨੋਟੀਫਿਕੇਸ਼ਨ। ਥੈਂਕ ਯੂ ਸੋ ਮਚ ਸਭ ਦਾ, ਬਹੁਤ ਬਹੁਤ ਧੰਨਵਾਦ ਜੀ।